ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆਂ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ 3 ਜਨਵਰੀ ਦਾ ਦਿਨ ਸੋਮਵਾਰ ਹੈ ਬੁਲੇਟਿਨ ਦੇ ਵਿੱਚ ਤੁਹਾਨੂੰ ਸਾਰੀਆਂ ਖਾਸ ਤੇ ਵੱਡੀਆਂ ਖਬਰਾਂ ਦੱਸਦੇ ਹਾਂ ਸਭ ਤੋਂ ਪਹਿਲੀ ਖਬਰ ਪੰਜਾਬ ਦੇ 36000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਾਲ ਜੁੜੀ ਹੋਈ ਹੈ ਦਰਅਸਲ 1 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ 100 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਖੁਦ ਹੀ ਇਹ ਮੰਨ ਲਿਆ ਸੀ ਕਿ 36000 ਮੁਲਾਜ਼ਮ ਪੱਕੇ ਨਹੀਂ ਹੋਏ ਉਹ ਕਹਿੰਦੇ ਕਿ ਰਾਜਪਾਲ ਨੇ ਫਾਈਲ ਦੱਬ ਰੱਖੀ ਹੈ ਤੇ ਹੁਣ ਰਾਜਪਾਲ ਬਨਵਾਰੀ لال ਪ੍ਰਹੁਤ ਹੈਗੇ ਨੇ ਜਿਹੜੇ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਹੈ ਔਰ ਉਹਨਾਂ ਦੇ ਸਪਸ਼ਟੀਕਰਨ ਦੇ ਵਿੱਚੋਂ ਜੋ ਗੱਲ ਨਿਕਲ ਕੇ ਸਾਹਮਣੇ ਆਈ ਹੈ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਫੇਰ ਘੇਰਦੀ ਹੈ ਰਾਜਪਾਲ ਪੁਰੋਹਿਤ ਨੇ ਕੱਚੇ ਕੰਮਿਆਂ ਨੂੰ ਰੈਗੂਲਰ ਕਰਨ ਵਾਲੀ ਫਾਈਲ ਬਾਰੇ ਪੰਜਾਬ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕੀਤਾ ਹੈ ਇਸ ਬਿੱਲ ਤੇ ਰਾਜਪਾਲ ਦੇ ਵੱਲੋਂ ਚੁੱਕੇ ਗਏ ਸਵਾਲਾਂ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਉਹਨਾਂ ਨੇ ਜਵਾਬ ਵੀ ਮੰਗਿਆ ਹੈ ਰਾਜਪਾਲ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਬਿਲਕੁਲ ਤਾਥੀਨ ਹੈ ਉਹਨਾਂ ਨੇ ਸਪਸ਼ਟ ਕੀਤਾ ਕਿ ਕੱਚੇ ਕੰਮਿਆਂ ਨੂੰ ਪੱਕੇ ਕੀਤੇ ਜਾਣ ਵਾਲੇ ਬਿੱਲ ਤੇ ਮੈਂ 6 ਨੁਕਤੇ ਚੁੱਕੇ ਨੇ ਜਿਨ੍ਹਾਂ ਦਾ ਜਵਾਬ ਪੰਜਾਬ ਸਰਕਾਰ ਨੇ ਹਾਲੇ ਤੱਕ ਨਹੀਂ ਦਿੱਤਾ ਰਾਜਪਾਲ ਨੇ ਵੀ ਦੱਸਿਆ ਕਿ ਮੈਂ ਇਸ ਬਿੱਲ ਦੇ ਬਾਰੇ ਫਾਈਲ 31 ਦਸੰਬਰ ਨੂੰ ਚੰਨੀ ਸਰਕਾਰ ਨੂੰ ਭੇਜ ਦਿੱਤੀ Oui. 11 ਨਵੰਬਰ ਨੂੰ ਇਹ ਬਿੱਲ ਪਾਸ ਕੀਤਾ ਗਿਆ ਸੀ ਵਿਧਾਨ ਸਭਾ ਦੇ ਵਿੱਚ ਪਰ ਸੁਭਾ ਸਰਕਾਰ ਨੇ ਕਹਿੰਦੇ ਇਹ ਬਿੱਲ ਮੈਨੂੰ 20 ਦਿਨ ਬਾਅਦ 1 ਦਸੰਬਰ ਨੂੰ ਭੇਜਿਆ ਉਹਨਾਂ ਨੇ ਇਹ ਵੀ ਦੱਸਿਆ ਕਿ ਮੈਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦੌਰਾ ਕਰ ਰਿਹਾ ਸੀ 21 ਦਸੰਬਰ ਨੂੰ ਮੇਰੇ ਦੌਰੇ ਖਤਮ ਹੋਏ ਨੇ ਮੁੱਖ ਮੰਤਰੀ ਚੰਨੀ ਨੇ 23 ਦਸੰਬਰ ਨੂੰ ਮੇਰੇ ਨਾਲ ਮੀਟਿੰਗ ਕੀਤੀ ਪੈਂਡਿੰਗ ਫਾਈਲਾਂ ਬਾਰੇ ਗੱਲ ਕੀਤੀ ਤੇ 31 ਦਸੰਬਰ ਨੂੰ ਮੈਂ ਇਹ ਫਾਈਲ ਕੱਚੇ ਕੰਮਿਆਂ ਵਾਲੀ ਹੈ ਜਿਹੜੀ ਉਹ ਵਾਪਸ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਸੀ ਇਹਨਾਂ ਦੇ ਵਿੱਚ ਕਹਿੰਦੇ ਜਿਹੜੇ 6 ਨੁਕਤੇ ਮੈਂ ਚੁੱਕੇ ਨੇ ਸਾਲ 2016 ਵਿੱਚ ਵੀ ਕੱਚੇ ਕੰਮਿਆਂ ਨੂੰ ਪੱਕੇ ਕਰਨ ਦਾ ਬਿੱਲ ਬਣਿਆ ਸੀ ਉਸ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਸੀ ਉਹਦੀ ਮੌਜੂਦਾ ਸਥਿਤੀ ਤੁਸੀਂ ਦੱਸੋ ਇਹ ਕਹਿੰਦੇ ਮੈਂ ਜਵਾਬ ਮੰਗਿਆ ਤੇ ਨਾਲ ਹੀ ਰਾਜਪਾਲ ਨੇ ਇਹ ਵੀ ਪੁੱਛਿਆ ਕਿ ਕੱਚੇ ਕੰਮਿਆਂ ਨੂੰ ਰੈਗੂਲਰ ਕਰਨ ਲਈ ਜਿਹੜਾ ਵਿੱਤੀ ਬੋਝ ਪਊਗਾ ਉਹਦਾ ਤੁਹਾਡੇ ਕੋਲੇ ਕੀ ਪ੍ਰਬੰਧ ਹੈ ਇਸ ਇਸ ਬਾਰੇ ਸਵਾਲ ਵੀ ਰਾਜਪਾਲ ਨੇ ਪੁੱਛਿਆ ਤੇ ਉਧਰ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਵੀ ਮੌਕਾ ਮਿਲ ਗਿਆ ਹੈ ਚੰਨੀ ਸਰਕਾਰ ਨੂੰ ਘੇਰਨ ਦਾ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁਲਾਜ਼ਮ ਪੱਕੇ ਕਰਨ ਬਾਰੇ ਝੂਠ ਬੋਲਿਆ ਹੈ ਇਸ਼ਤਿਹਾਰ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲਾ ਦਿੱਤੇ ਗਏ ਨੇ ਤੇ ਇਸ਼ਤਿਹਾਰ ਅੱਜ ਵੀ ਆਪਾਂ ਦੇਖ ਸਕਦੇ ਹਾਂ ਜਿੱਥੇ ਮੁੱਖ ਮੰਤਰੀ ਚੰਨੀ ਦੇ ਜਿਹੜੇ ਇਸ਼ਤਿਹਾਰ ਦੱਸ ਰਹੇ ਨੇ ਕਿ 36000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਇਸ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਜਿਹੜੇ ਮੁਲਾਜ਼ਮ ਉਹ ਵੀ ਚੰਨੀ ਸਰਕਾਰ ਦੀ ਕਿਰਕਰੀ ਕਰ ਚੁੱਕੇ ਨੇ ਉਹਨਾਂ ਨੇ ਇਹਨਾਂ ਪੋਸਟਰਾਂ ਦੇ ਨਾਲ ਇਨ੍ਹਾਂ ਫਲੈਕਸਾਂ ਦੇ ਨਾਲ ਉਹ ਪੋਸਟਰ ਵੀ ਲਾ ਦਿੱਤੇ ਕਿ ਬਿਲਕੁਲ ਝੂਠ ਹੈ ਕੋਈ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ ਸੋ ਜ਼ਾਹਿਰ ਤੌਰ ਤੇ ਸਚਾਈ ਸਾਹਮਣੇ ਆਉਣ ਤੋਂ ਬਾਅਦ ਚੰਨੀ ਸਰਕਾਰ ਦੀ ਕਿਰਕਰੀ ਜ਼ਰੂਰ ਹੋਈ ਹੈ ਪਰਸੋਂ 5 ਜਨਵਰੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਪਹੁੰਚ ਰਹੇ ਨੇ ਤੇ ਪੰਜਾਬ ਦੇ ਵਿੱਚ ਉਹਨਾਂ ਦੀ ਫੇਰੀ ਨੂੰ ਲੈ ਕੇ ਬੀਜੇਪੀ ਪੱਬਾਂ ਭਾਰ ਹੋਈ ਫਿਰਦੀ ਹੈ ਤੇ ਪ੍ਰਧਾਨ ਮੰਤਰੀ ਦੀ ਰੈਲੀ ਤੋਂ ਪਹਿਲਾਂ ਅਕਾਲੀ ਦਲ ਦੀ ਘਬਰਾਹਟ ਹੋਰ ਵੱਧ ਰਹੀ ਹੈ ਅਕਾਲੀ ਦਲ ਨੇ ਬੇਅਦਬੀਆਂ ਦੇ ਮੁੱਦੇ ਤੇ ਪੰਥਕ ਇਕੱਠ ਅਮ੍ਰਿਤਸਰ ਦੇ ਵਿੱਚ ਸੱਦਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਨੇ ਸਾਂਝੇ ਰੂਪ ਦੇ ਵਿੱਚ ਰੋਸ ਦਿਵਸ ਸਮਾਗਮ ਕਰਵਾਇਆ ਅਤੇ ਇਸ ਦੇ ਵਿੱਚ ਖਾਸ ਤੌਰ ਤੇ ਅਕਾਲੀ ਦਲ ਦੀ ਹੋਂਦ ਨੂੰ ਬਚਾਉਣ ਦੇ ਲਈ ਹੀ ਸਾਰੇ ਪੰਥਕ ਅਤੇ ਸੀ ਆਸੀ ਲੀਡਰਾਂ ਦੇ ਵੱਲੋਂ ਤਰਲੇ ਪਾਏ ਗਏ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਸੰਸਥਾਵਾਂ ਤੇ ਪੰਥ ਨੂੰ ਕਮਜ਼ੋਰ ਕਰਨ ਦੇ ਲਈ ਕੀਤੇ ਹਮਲੇ ਕੀਤੇ ਜਾ ਰਹੇ ਨੇ ਦੇਸ਼ ਦੇ ਵਿੱਚ ਸਿੱਖਾਂ ਦੇ ਨਾਲ ਵਿਤਕਰਾ ਕਰਨ ਦੇ ਦੋਸ਼ ਵੀ ਜੱਥੇਦਾਰ ਨੇ ਲਾਏ ਤੇ ਇਸੇ ਦਰਮਿਆਨ ਇਹ ਵੀ ਕਾਫੀ ਚਰਚਾ ਹੋ ਰਹੀ ਹੈ ਕਿ ਨਰਿੰਦਰ ਮੋਦੀ ਵੱਡੇ ਐਲਾਨ ਲੈ ਕੇ ਪੰਜਾਬ ਆ ਰਹੇ ਨੇ ਸੂਤਰ ਦੱਸਦੇ ਨੇ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦੇਣ ਦੀ ਤਿਆਰੀ ਹੈ ਜਿਹੜੀ ਉਸ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਨੇ ਕੇਂਦਰੀ ਖੁਫੀਆ ਵਿੰਗ ਨੂੰ ਸੂਬੇ ਦੇ ਧਰਾਤਲ ਤੋਂ ਹਰ ਵਰਗ ਦੀਆਂ ਰਾਹਤ ਦੇਣ ਵਾਲੀਆਂ ਮੰਗਾਂ ਦਾ ਖਾਕਾ ਤਿਆਰ ਕਰਨ ਦੇ ਲਈ ਕਿਹਾ ਗਿਆ ਹੈ ਕੇਂਦਰ ਸਰਕਾਰ ਦੇ ਵੱਲੋਂ ਤੇ ਇਸ ਦੀ ਰਿਪੋਰਟ ਵੀ ਮੋਦੀ ਸਰਕਾਰ ਨੇ ਮੰਗ ਲਈ ਹੈ ਇਹ ਵੀ ਸਾਨੂੰ ਪਤਾ ਲੱਗਿਆ ਕਿ ਬੀਜੇਪੀ ਦੇ ਪ੍ਰਤੀ ਜਿਹੜਾ ਕੜਤਣ ਵਾਲਾ ਮਾਹੌਲ ਲੋਕਾਂ ਦੇ ਮਨਾਂ ਦੇ ਵਿੱਚ ਬਣਿਆ ਹੋਇਆ ਹੈ ਉਸ ਨੂੰ ਖੇਤੀ ਕਾਨੂੰਨ ਰੱਦ ਕਰਨ ਤੋਂ ਬਾਅਦ ਸਾਜ਼ਗਾਰ ਬਣਾਉਣ ਦੇ ਲਈ ਨੁਕਤੇ ਸੁਝਾਉਣ ਵਾਸਤੇ ਵੀ ਖੁਫੀਆ ਤੰਤਰ ਨੂੰ ਮੋਦੀ ਸਰਕਾਰ ਨੇ ਕਹਿ ਦਿੱਤਾ ਹੈ ਸਿੱਖ ਪਾਈ ਚਾਰੇ ਨੂੰ ਰਾਹਤ ਦੇਣ ਤੋਂ ਇਲਾਵਾ ਕੇਂਦਰ ਸਰਕਾਰ ਸੂਬੇ ਦੇ ਲਈ ਵਿੱਤੀ ਜਾਂ ਸਨਤੀ ਪੈਕੇਜ ਦਾ ਐਲਾਨ ਵੀ ਕਰ ਸਕਦੀ ਹੈ ਇਹ ਖਬਰਾਂ ਮਿਲ ਰਹੀਆਂ ਨੇ ਸਰਹੱਦੀ ਖੇਤਰਾਂ ਬਾਰੇ ਵਿਸ਼ੇਸ਼ ਐਲਾਨ ਕੀਤੇ ਜਾ ਸਕਦੇ ਨੇ ਹਾਲਾਂਕਿ ਵਿਸ਼ੇਸ਼ ਐਲਾਨ ਵਿਸ਼ੇਸ਼ ਪੈਕੇਜ ਕੀ ਹੋਏਗਾ ਇਸ ਦੀ ਭਾਫ ਹਾਲੇ ਤੱਕ ਬੀਜੇਪੀ ਲੀਡਰ ਨੇ ਜਿਹੜੇ ਪੰਜਾਬ ਦੇ ਉਹ ਵੀ ਨਹੀਂ ਕੱਢ ਰਹੇ ਤੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੀਆਂ ਸਾਰੀਆਂ ਬੈਂਕਾਂ ਦੇ ਵੱਲੋਂ ਉਹਨਾਂ ਕਿਸਾਨਾਂ ਦਾ ਅੰਕੜਾ ਵੀ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲ 5 ਏਕੜ ਤੱਕ ਜ਼ਮੀਨ ਹੈ ਤੇ ਕਰਜ਼ਾ ਉਹਨਾਂ ਦੇ ਸਿਰ ਜ਼ਿਆਦਾ ਹੈ ਇਸ ਤੋਂ ਅੰਦਾਜ਼ਾ ਲੱਗ ਰਿਹਾ ਹੈ ਕਿ ਕੇਂਦਰ ਸਰਕਾਰ 5 ਏਕੜ ਦੀ ਮਾਲਕੀ ਵਾਲੇ ਕਿਸਾਨਾਂ ਦਾ ਕਰਜ਼ਾ ਵੀ ਮਾਫ ਕਰ ਸਕਦੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਦੌਰਾ ਹੈ ਉਹ ਭਾਵੇਂ ਕਿ ਫਿਰੋਜ਼ਪੁਰ ਦੇ ਚ ਪਜੀ ਦੇ ਸਬ ਸੈਂਟਰ ਦਾ ਉਦਘਾਟਨ ਕਰਨ ਦੇ ਲਈ ਦੱਸਿਆ ਜਾ ਰਿਹਾ ਹੈ ਪਰ ਇਸ ਨੂੰ ਬੀਜੇਪੀ ਦੀ ਵੱਡੀ ਚੋਣ ਰੈਲੀ ਵੀ ਕਿਹਾ ਜਾ ਸਕਦਾ ਹੈ ਤੇ ਉਸ ਦਿਨ ਪ੍ਰਧਾਨ ਮੰਤਰੀ ਦੇ ਨਾਲ ਸਟੇਜ ਸਾਂਝੀ ਜਿਹੜੀ ਕਰਨੀ ਹੈ ਉਸ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਟਾ ਸਾਹਿਬ ਵੀ ਦਿਖਾਈ ਦੇ ਸਕਦੇ ਨੇ ਉਧਰ ਪੰਜਾਬ ਕਾਂਗਰਸ ਵੀ ਹੁਣ ਵੋਟਾਂ ਦੇ ਨੇੜੇ ਆਉਂਦੇ ਆਪਣਾ ਆਪਸੀ ਕਲੇਸ਼ ਸੁਲਝਾਉਣ ਦੇ ਮੂਡ ਵਿੱਚ ਲੱਗਦਾ ਆ ਗਈ ਹੈ ਕਿਉਂਕਿ ਚੋਣ ਪ੍ਰਚਾਰ ਕਮੇਟੀ ਦੀ ਜਿਹੜੀ ਬੈਠਕ ਹੋਈ ਹੈ ਉਸ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੇ ਸੁਰ ਮਿਲਣ ਦੀ ਖਬਰ ਮਿਲੀ ਹੈ ਮੀਟਿੰਗ ਦੇ ਵਿੱਚ ਕਹਿੰਦੇ ਦੋਵੇਂ ਇੱਕ ਦੂਸਰੇ ਦੇ ਸਲਾਹ ਮਸ਼ਵਰਿਆਂ ਦੀ ਤਾਇਦ ਕਰ ਰਹੇ ਸੀ ਉਸ ਦੀ ਪ੍ਰਸ਼ੰਸਾ ਕਰ ਰਹੇ ਸੀ ਉਸ ਦੇ ਨਾਲ ਸਹਿਮਤੀ ਪ੍ਰਗਟਾ ਰਹੇ ਸੀ ਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਵੀ ਕਿਹਾ ਕਿ ਮੀਟਿੰਗ ਸੁਖਾਵੇ ਤੇ ਚੰਗੇ ਮਾਹੌਲ ਦੇ ਵਿੱਚ ਹੋਈ ਹੈ ਤੇ ਚੋਣ ਪ੍ਰਚਾਰ ਦੀ ਸ਼ੁਰੂਆਤ ਜਲਦੀ ਹੋਏਗੀ ਕੱਲ ਤੋਂ ਆਬੇ ਦੇ ਵਿੱਚ ਪਹੁੰਚੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਫੀ ਤਾਰੀਫ ਕੀਤੀ ਕਹਿੰਦੇ ਕਿ ਮੁੱਖ ਮੰਤਰੀ ਚੰਨੀ ਨੇ ਪੰਜਾਬ ਦੀ ਤਰੱਕੀ ਲਈ ਰਾਹ ਪੱਧਰਾ ਕੀਤਾ ਹੈ ਪੰਜਾਬ ਦੇ ਵਿੱਚ 72 ਸਾਲਾਂ ਬਾਅਦ ਇੱਕ ਦਲਿਤ ਲੀਡਰ ਨੂੰ ਮੁੱਖ ਮੰਤਰੀ ਕਾਂਗਰਸ ਨੇ ਬਣਾਇਆ ਹੈ ਤੇ ਇਹ ਸਪਸ਼ਟ ਸੰਕੇਤ ਹੈ ਕਿ ਪੰਜਾਬ ਬਦਲ ਰਿਹਾ ਹੈ ਲਖੀਮਪੁਰ ਖੀਰੀ ਕਤਲਕਾਂਡ ਦੇ ਵਿੱਚ ਯੂਪੀ ਪੁਲਿਸ ਨੇ ਇਹ ਪੀੜਤ ਕਿਸਾਨਾਂ ਨੂੰ ਇਨਸਾਫ ਤਹਲੇ ਨਹੀਂ ਦਿੱਤਾ ਪਰ ਬੀਜੇਪੀ ਵਰਕਰਾਂ ਦੀ ਮੌਤ ਦੇ ਮਾਮਲੇ ਦੇ ਵਿੱਚ ਦੋ ਹੋਰ ਨੌਜਵਾਨ ਕਿਸਾਨਾਂ ਨੂੰ ਗ੍ਰਿਫਤਾਰ ਜ਼ਰੂਰ ਕਰ ਲਿਆ ਹੈ ਉਗਰਾਹਾ ਜਥੇਬੰਦੀ ਦੇ ਲੀਡਰਾਂ ਦੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੀਟਿੰਗ ਤਿੰਨ ਵਾਰੀ ਮੁਲਤਵੀ ਹੋ ਚੁੱਕੀ ਹੈ 3 ਜਨਵਰੀ ਯਾਨੀ ਕਿ ਅੱਜ ਮੀਟਿੰਗ ਹੋਣੀ ਸੀ ਪਰ ਇਹ ਮੁਲਤਵੀ ਹੋ ਗਈ ਹੈ ਤੇ ਅਗਲੀ ਤਰੀਕ 7 ਜਨਵਰੀ ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਤੈਅ ਕੀਤੀ ਗਈ ਹੈ ਇਸ ਤੋਂ ਪਹਿਲਾਂ ਦੋ ਵਾਰੀ ਮੀਟਿੰਗ ਹੈ ਜਿਹੜੀ ਉਹ ਮੁਲਤਵੀ ਹੋ ਚੁੱਕੀ ਹੈ ਕਿਸਾਨ ਜਥੇਬੰਦੀ ਨੇ ਇਲزام ਲਾਇਆ ਹੈ ਕਿ ਮੁੱਖ ਮੰਤਰੀ ਮੁਲਾਕਾਤ ਦੇ ਲਈ ਟਾਲਮਟੋਲ ਕਰ ਰਹੇ ਨੇ ਉਗਰਾਹ ਜਥੇਬੰਦੀ ਦੇ ਵੱਲੋਂ 15 ਜ਼ਿਲ੍ਹਿਆਂ ਦੇ ਵਿੱਚ ਡੀਸੀ ਦਫ਼ਤਰ ਤੇ ਐਸਟੀਐਮ ਦਫ਼ਤਰ ਜਿਹੜੇ ਘੇਰੇ ਹੋਏ ਨੇ ਉਹ ਲਗਾਤਾਰ ਧਰਨੇ ਜਾਰੀ ਨੇ ਉਗਰਾਹ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਜੇ ਟਾਲ ਮਟੋਲ ਕਰ ਸਕਦੀ ਹੈ ਤਾਂ ਜਥੇਬੰਦੀ ਨੂੰ ਵੀ ਸੰਘਰਸ਼ ਕਰਨੇ ਆਉਂਦੇ ਨੇ ਕੱਲ ਜਲੰਧਰ ਦੇ ਵਿੱਚ ਸੰਯੁਕਤ ਸਮਾਜ ਮੋਰਚਾ ਜਿਹੜਾ ਕਿ ਪੰਜਾਬ ਦੇ 22 ਕਿਸਾਨ ਜਥੇਬੰਦੀਆਂ ਨੇ ਬਣਾਇਆ ਹੈ ਉਸ ਦੀ ਮੀਟਿੰਗ ਹੋਈ ਵੱਡੀ ਇਕੱਤਰਤਾ ਹੋਈ ਤੇ ਉਹਦੇ ਵਿੱਚ ਕਹਿੰਦੇ 45 ਹੋਰ ਜਥੇਬੰਦੀਆਂ ਦਾ ਸਮਰਥਨ ਮੋਰਚੇ ਨੂੰ ਮਿਲ ਗਿਆ ਹੈ ਮੋਰਚੇ ਦੇ ਲੀਡਰਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਚਿਰੋਕਣੀ ਮੰਗ ਦੇ ਉੱਤੇ ਅਸੀਂ ਚੋਣਾਂ ਲੜਾਂਗੇ ਕੁਲਵੰਤ ਸਿੰਘ ਸੰਧੂ ਨੇ ਇਹ ਵੀ ਕਿਹਾ ਕਿ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਵੀ ਸਾਡੇ ਮੋਰਚੇ ਦੇ ਵਿੱਚ ਸ਼ਾਮਿਲ ਹੋਣਗੇ ਉਨਾ ਹੀ ਵੀ ਜਾਣਕਾਰੀ ਦਿੱਤੀ ਕਿ ਐਮਐਸਪੀ ਕਮੇਟੀ ਦੇ ਵਿੱਚ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਵਾਲੇ ਲੀਡਰਾਂ ਦੇ ਨਾਵਾਂ ਵਿੱਚ ਫਿਰ ਬਦਲ ਕੀਤਾ ਜਾ ਸਕਦਾ ਹੈ ਕਿਉਂਕਿ ਇੱਕ ਦਿਨ ਪਹਿਲਾਂ ਰਾਕੇਸ਼ ਟਕੈਤੇ ਐਲਾਨ ਕਰ ਚੁੱਕੇ ਨੇ ਕਿ ਜਿਹੜੀ ਐਮਐਸਪੀ ਕਮੇਟੀ ਬਣੀ ਹੈ ਉਸ ਦੇ ਵਿੱਚ ਜਿਹੜੇ ਲੀਡਰ ਸ਼ਾਮਿਲ ਨੇ ਤੇ ਉਹਨਾਂ ਨੇ ਫਿਰ ਸਿਆਸੀ ਪਾਰਟੀਆਂ ਬਣਾ ਲਈਆਂ ਉਹ ਇਸ ਕਮੇਟੀ ਦੇ ਮੈਂਬਰ ਨਹੀਂ ਰਹਿਣਗੇ ਬਲਵੀਤ ਸਿੰਘ ਰਾਜੇਵਾਲ ਤੇ ਗੁਰਨਾਮ ਸਿੰਘ ਚੜੂਨੀ ਉਸ ਕਮੇਟੀ ਦੇ ਵਿੱਚ ਸ਼ਾਮਲ ਕੀਤੇ ਗਏ ਸੀ ਹਾਲਾਂਕਿ ਇਹਨਾਂ ਲੀਡਰਾਂ ਨੇ ਇਹ ਨਹੀਂ ਦੱਸਿਆ ਕਿ 45 ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਦਾ ਸਮਰਥਨ ਮਿਲਿਆ ਹੈ ਪਰ ਪਿਛਲੇ ਦਿਨਾਂ ਦੇ ਜੋ ਕਈ ਜਥੇਬੰਦੀਆਂ ਦੇ ਨਾਲ ਇਹਨਾਂ ਦੀ ਬੈਠਕ ਹੈ ਜਿਹੜੀ ਉਹ ਹੋ ਚੁੱਕੀ ਹੈ ਸੂਬੇ ਦੇ ਖਜ਼ਾਨਾ ਮੰਤਰੀ ਮਾਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਤੇ ਨਾਲ ਹੀ ਦਾਵਾ ਕੀਤਾ ਹੈ ਕਿ ਰਿਕਾਰਡ ਵੋਟਾਂ ਦੇ ਨਾਲ ਜਿੱਤਾਂਗੇ ਯੂनाइटेड ਅਕਾਲੀ ਦਲ ਨੇ ਵੀ ਪੰਜਾਬ ਦੀਆਂ 11 ਸੀਟਾਂ ਤੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਦੇ ਰਾਜਪਾਲ ਨੇ ਜਿੱਥੇ ਕੱਚੇ ਕੰਮਿਆਂ ਨੂੰ ਪੱਕੇ ਕਰਨ ਵਾਲੇ ਬਿੱਲ ਦੇ ਬਾਰੇ ਸੱਚਾਈ ਹੈ ਜਿਹੜੀ ਉਹ ਦੱਸੀ ਹੈ ਉੱਥੇ ਹੀ ਦੋ ਬਿੱਲ ਨੇ ਜਿਹੜੇ ਉਹ ਰਾਸ਼ਟਰਪਤੀ ਨੂੰ ਭੇਜ ਦਿੱਤੇ ਨੇ ਬਿਜਲੀ ਖਰੀਦ ਸਮਝੌਤੇ ਦੇ ਨਾਲ ਜੁੜੇ ਹੋਏ ਰਾਜਪਾਲ ਨੇ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਵਾਲੇ ਦੋ ਵਿਧਾਨਿਕ ਬਿੱਲਾਂ ਤੇ ਮੋਹਰ ਲਾ ਦਿੱਤੀ ਹੈ ਤੇ ਰਾਸ਼ਟਰਪਤੀ ਪਰਵਾਨਗੀ ਲਈ ਪੇਜ ਦਿੱਤੇ ਨੇ ਇਹ ਬਿਲ ਪਾਸ ਹੋਣ ਤੋਂ ਬਾਅਦ ਪ੍ਰਕਿਰਿਆ ਦੀ ਇਨੀ ਪਰ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਬਿਜਲੀ ਖਰੀਦ ਸਮਝੌਤੇ ਰੱਦ ਹੋਣ ਦੀ ਸੰਭਾਵਨਾ ਸੰਭਾਵਨਾ ਕਾਫੀ ਘੱਟ ਜਾਪਦੀ ਹੈ ਕੁਝ ਬਿਲਹਾਲੇ ਵੀ ਰਾਜਪਾਲ ਦੇ ਕੋਲ ਪੈਂਡਿੰਗ ਪਏ ਨੇ ਤੇ ਮੁੱਖ ਮੰਤਰੀ ਚੰਨੀ ਇਸ ਸਬੰਧੀ ਨਾਰਾਜ਼ਗੀ ਵੀ ਜ਼ਾਹਿਰ ਕਰ ਚੁੱਕੇ ਨੇ ਦੇਸ਼ ਭਗਤ ਯਾਦਗਾਰ ਕਮੇਟੀ ਨੇ ਜਲਿਆਂਵਾਲਾ ਬਾਗ ਦੇ ਮੂਲ ਸਰੂਪ ਦੀ ਬਹਾਲੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਕੱਲ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਕਨਵੈਨਸ਼ਨ ਕੀਤੀ ਗਈ ਕੱਲ ਦੀ ਕਨਵੈਨਸ਼ਨ ਦੇ ਵਿੱਚ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ ਸਮੇਤ ਕਈ ਮਤੇ ਪਾਸ ਕੀਤੇ ਗਏ ਬੁਲੇਟਿਨ ਦੇ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵੀ ਤੁਹਾਨੂੰ ਦੱਸਦੇ ਹਾਂ ਟਾਂਡਾ ਦੇ ਵਿੱਚ ਵਾਰਦਾਤ ਵਾਪਰੀ ਹੈ ਜਿਸ ਨੂੰ ਸੁਣ ਕੇ ਇੱਕੋ ਹੀ ਗੱਲ ਮਾਗ ਦੇ ਵਿੱਚ ਆਉਂਦੀ ਹੈ ਕਿ ਜੇ ਦੁਸ਼ਮਣ ਤੁਹਾਡੇ ਘਰ ਦੇ ਵਿੱਚ ਹੀ ਬੈਠਾ ਹੋਵੇ ਤਾਂ ਤੁਸੀਂ ਕਿੱਥੇ ਦੁਨੀਆ ਦੇ ਵਿੱਚ ਸੁਰੱਖਿਅਤ ਰਹਿ ਸਕੋਗੇ ਕਿਸ ਦੇ ਉੱਤੇ ਤੁਸੀਂ ਯਕੀਨ ਕਰੋਗੇ ਜਦੋਂ ਤੁਹਾਡੇ ਘਰ ਦਾ ਹੀ ਮੈਂਬਰ ਤੁਹਾਨੂੰ ਮਾਰਨ ਤੇ ਆ ਜਾਵੇ ਟਾਂਡਾ ਦੇ ਪਿੰਡ ਜਾਜਾ ਦੇ ਵਿੱਚ ਲੰਗੀ ਰਾਤ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਸੱਸ ਸਹੁਰੇ ਦਾ ਕਤਲ ਕਰ ਦਿੱਤਾ ਸਹੁਰਾ ਸੇਵਾ ਮੁਕਤ ਸੂਬੇਦਾਰ ਮਨਜੀਤ ਸਿੰਘ ਅਤੇ ਸੱਸ ਗੁਰਮੀਤ ਕੌਰ ਦੋਵਾਂ ਨੂੰ ਕਤਲ ਕਰਨ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਨੂੰ ਅੱਗ ਵੀ ਲਾ ਦਿੱਤੀ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਕੇ ਵਾਰਦਾਤ ਵਿੱਚ ਵਰਤੇ ਚਾਕੂ ਸਮੇਤ ਘਰੋਂ ਚੋਰੀ ਕੀਤੇ ਗਹਿਣੇ ਤੇ ਨਕਦੀ ਬਰਾਮਦ ਕਰ ਲਈ ਹੈ। ਇਹਨਾਂ ਦੋਵਾਂ ਨੇ ਸਬੂਤ ਮਿਟਾਉਣ ਦੇ ਲਈ ਕਤਲ ਕਰਨ ਤੋਂ ਬਾਅਦ ਲਾਸ਼ਾਂ ਨੂੰ ਅੱਗ ਲਾ ਦਿੱਤੀ ਸੀ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਸੂਬੇਦਾਰ ਮਨਜੀਤ ਸਿੰਘ ਦਾ ਪੁੱਤਰ ਰਵਿੰਦਰ ਸਿੰਘ ਰਾਤ 10 ਵਜੇ ਦੇ ਕਰੀਬ ਜਦੋਂ ਘਰੇ ਆਇਆ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਕੰਦ ਟੱਪ ਕੇ ਅੰਦਰ ਗਿਆ, ਧੱਕਾ ਮਾਰ ਕੇ ਲੌਬੀ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਧੂਆਂ ਧਾਰ ਹੋਇਆ ਪਿਆ ਸੀ ਤੇ ਉਸਦੇ ਮਾਤਾ-ਪਿਤਾ ਦੀਆਂ ਲਾਸ਼ਾਂ ਸੜ ਰਹੀਆਂ ਸੀ। ਜਦੋਂ ਉਹ ਭੱਜ ਕੇ ਆਪਣੀ ਪਤਨੀ ਮਨਦੀਪ ਕੌਰ ਦੇ ਕਮਰੇ ਵੱਲ ਗਿਆ ਤਾਂ ਦਰਵਾਜ਼ੇ ਨੂੰ ਬਾਹਰੋਂ ਕੁੰਡਾ ਲੱਗਿਆ ਸੀ ਕੁੰਡਾ ਖੋਲ੍ਹਿਆ ਤਾਂ ਮਨਦੀਪ ਨੂੰ ਕੱਪੜੇ ਨਾਲ ਬੰਨਿਆ ਹੋਇਆ ਸੀ ਪਰ ਇਸ ਗੱਲ ਦਾ ਤਾਂ ਰਵਿੰਦਰ ਨੂੰ ਬਾਅਦ ਵਿੱਚ ਪਤਾ ਲੱਗਿਆ ਜਦੋਂ ਪੁਲਿਸ ਨੇ ਪੁੱਛ ਪੜਤਾਲ ਕੀਤੀ ਕਿ ਉਸਦੀ ਪਤਨੀ ਮਨਦੀਪ ਕੌਰ ਨੇ ਇਹ ਸਾਰਾ ਢੋਂਗ ਰਚਿਆ ਸੀ ਆਪਣੇ ਆਪ ਨੂੰ ਖੁਦ ਹੀ ਉਹਨੇ ਆਪਣੇ ਪ੍ਰੇਮੀ ਤੋਂ ਬਣਵਾਇਆ ਸੀ ਅਤੇ ਆਪਣੇ ਸੱਸ ਸਹੁਰੇ ਨੂੰ ਕਤਲ ਕਰ ਦਿੱਤਾ ਤੇ ਸਭ ਕੀਤਾ ਸਿਰਫ ਵਿਕਾਰਾਂ ਦੀ ਹੌਸ ਕਰਕੇ ਤੇ ਇਸ ਹੌਸ ਕਰਕੇ ਪੰਜ ਜਣਿਆਂ ਦੀ ਜ਼ਿੰਦਗੀ ਬਰਬਾਦ ਹੋ ਗਈ ਜ਼ਾਹਿਰ ਤੌਰ ਤੇ ਅਜਿਹਾ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਅਗਲੀ ਖਬਰ ਭਾਰਤ ਦੇ ਵਿੱਚ ਕੁੜੀਆਂ ਦੇ ਵਿਆਹ ਦੇ ਲਈ ਕਾਨੂੰਨ ਮੁਤਾਬਿਕ ਘੱਟੋ ਘੱਟ ਉਮਰ ਹੱਦ 21 ਸਾਲ ਕਰਨ ਸੰਬੰਧੀ ਬਿੱਲ ਦੇ ਨਾਲ ਜੁੜੀ ਹੋਈ ਹੈ ਤੇ ਬੜੀ ਹੈਰਾਨੀ ਦੀ ਗੱਲ ਸਾਹਮਣੇ ਆਈ ਹੈ ਕਿ ਇਸ ਬਿੱਲ ਦੇ ਲਈ ਜਿਹੜੀ ਕਮੇਟੀ ਬਣਾਈ ਗਈ ਹੈ ਉਸ ਦੇ ਵਿੱਚ ਸਿਰਫ ਇੱਕ ਮਹਿਲਾ ਸੰਸਦ ਮੈਂਬਰ ਨੂੰ ਹੀ ਸ਼ਾਮਲ ਕੀਤਾ ਗਿਆ ਹੈ। ਬਾਲ ਵਿਆਹ ਰੋਕੂ ਸੋਧ ਬਿੱਲ ਸੰਸਦ ਦੇ ਲੰਗੇ ਸਰਦਰ ਉਤੇ اجلاس ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਇਸ ਨੂੰ ਸਿੱਖਿਆ, ਮਹਿਲਾਵਾਂ, ਬੱਚਿਆਂ, ਨੌਜਵਾਨਾਂ ਖੇਡਾਂ ਬਾਰੇ ਸੰਸਦੀ ਕਮੇਟੀ ਦੇ ਕੋਲ ਵਿਚਾਰਨ ਲਈ ਭੇਜਿਆ ਗਿਆ ਸੰਸਦੀ ਕਮੇਟੀ ਦੇ ਮੈਂਬਰਾਂ ਦੀ ਸੂਚੀ ਰਾਜ ਸਭਾ ਦੀ ਵੈੱਬਸਾਈਟ ਤੇ ਪਾਈ ਗਈ ਹੈ ਜਿਸ ਵਿੱਚ ਪਤਾ ਲੱਗਿਆ ਹੈ ਕਿ 31 ਮੈਂਬਰੀ ਕਮੇਟੀ ਵਿੱਚ ਇੱਕੋ ਇੱਕ ਮਹਿਲਾ ਸੰਸਦ ਮੈਂਬਰ ਤ੍ਰਿਨਮੋਲ ਕਾਂਗਰਸ ਦੀ ਲੀਡਰ ਸੁਸ਼ਮિતા ਦੇਵ ਸ਼ਾਮਿਲ ਹੈ ਹਾਲਾਂਕਿ ਉਹਨਾਂ ਕਿਹਾ ਕਿ ਮੈਂ ਆਪਣਾ ਪੂਰਾ ਜ਼ੋਰ ਤਾਣ ਲਾ ਦਿਆਂਗੀ ਪਰ ਉਹਨੇ ਕਿਹਾ ਕਿ ਕਾਸ਼ ਕਮੇਟੀ ਵਿੱਚ ਹੋਰ ਮਹਿਲਾ ਸੰਸਦ ਮੈਂਬਰ ਹੁੰਦੇ ਪਰ ਅਸੀਂ ਕਿੰਨੀ ਬਣਾਉਨੇ ਆ ਕਿ ਸਾਰੀਆਂ ਧਿਰਾਂ ਦੀ ਗੱਲ ਸੁਣੀ ਜਾਵੇ ਇੱਕ ਹੋਰ ਖਬਰ ਬੁਲੇਟਿਨ ਦੇ ਵਿੱਚ ਵਿਕਾਰਾਂ ਦੇ ਵਿੱਚ ਗਰਸੇ ਹੋਏ ਲੋਕਾਂ ਦੇ ਨਾਲ ਜੁੜੀ ਹੋਈ ਹੈ ਦਰਅਸਲ ਭਾਰਤ ਦੇ ਵਿੱਚ ਇੱਕ ਅਜਿਹੀ ਐਪ ਬਣੀ ਹੈ ਜਿਹੜੀ ਕਿ ਔਰਤਾਂ ਦੀ ਨਿਲਾਮੀ ਕਰ ਰਹੀ ਹੈ ਐਪ ਤੇ ਉੱਤੇ ਫੋਟੋਆਂ ਪੋਸਟ ਕੀਤੀਆਂ ਗਈਆਂ ਨੇ ਹਾਲਾਂਕਿ ਵਿਵਾਦ ਤੋਂ ਬਾਅਦ ਪਲੇਟਫਾਰਮ ਨੇ ਐਪ ਨੂੰ ਹਟਾ ਦਿੱਤਾ ਹੈ ਦਿੱਲੀ ਤੇ ਮੁੰਬਈ ਦੇ ਵਿੱਚ ਵੱਖ-ਵੱਖ ਕੇਸ ਵੀ ਦਰਜ ਹੋਏ ਨੇ ਇਸ ਐਪ ਦਾ ਨਾਮ ਵੀ ਜਨਤਕ ਹੋ ਚੁੱਕਿਆ ਹੈ ਪਰ ਅਸੀਂ ਖਬਰਾਂ ਦੇ ਵਿੱਚ ਉਸ ਐਪ ਦਾ ਨਾਮ ਨਹੀਂ ਦੱਸਾਂਗੇ ਕਿਉਂਕਿ ਜਾਣੇ ਅਣਜਾਣੇ ਕਈ ਵਾਰੀ ਐਪ ਦਾ ਨਾਮ ਜੇ ਅਸੀਂ ਪ੍ਰਚਾਰਾਂਗੇ ਤਾਂ ਕੋਈ ਨਾ ਕੋਈ ਉਸ ਨੂੰ ਡਾਊਨਲੋਡ ਕਰਕੇ ਖੋਲ ਸਕਦਾ ਹੈ ਤੇ ਕੋਈ ਨਾ ਕੋਈ ਉਸ ਚਿੱਕੜ ਦੇ ਵਿੱਚ ਤੱਕਿਆ ਵੀ ਜਾ ਸਕਦਾ ਹੈ ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਦਿੱਲੀ ਦੀ ਇੱਕ ਮੈਲਾ ਪੱਤਰਕਾਰ ਦੀ ਤਸਵੀਰ ਦੇ ਨਾਲ ਛੇੜਛਾੜ ਕਰਕੇ ਇਸ ਐਪ ਦੇ ਉੱਤੇ ਐਪਲੀਕੇਸ਼ਨ ਦੇ ਉੱਤੇ ਅਪਲੋਡ ਕੀਤਾ ਗਿਆ ਇਸ ਪੱਤਰਕਾਰ ਨੇ ਦੋਸ਼ ਲਾਇਆ ਕਿ ਅਣਪਛਾਤੇ ਲੋਕਾਂ ਦਾ ਇੱਕ ਗਰੁੱਪ ਇਸ ਪੋਰਟਲ ਦੇ ਉੱਤੇ ਮੈਨੂੰ ਨਿਸ਼ਾਨਾ ਨਾਮ ਬਣਾ ਰਿਹਾ ਹੈ ਹਾਲਾਂਕਿ ਗ੍ਰਿਫਤਾਰੀ ਤਾਂ ਕਿਸੇ ਦਿਨ ਨਹੀਂ ਹੋਈ ਪਰ ਇਹ ਪਤਾ ਲੱਗਿਆ ਕਿ ਦੇਸ਼ ਦੀ ਸਭ ਤੋਂ ਵੱਡੀ ਘੱਟ ਗਿਣਤੀ ਫਿਰਕੇ ਦੀਆਂ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਦੇਸ਼ ਦਾ ਸਭ ਤੋਂ ਵੱਡੀ ਘੱਟ ਗਿਣਤੀ ਫਿਰਕਾ ਮੁ슬림 ਭਾਈਚਾਰਾ ਹੈ ਜਾਨੀ ਕਿ ਮੁ슬림 ਭਾਈਚਾਰੇ ਦੀਆਂ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ 200 ਦੇ ਕਰੀਬ ਜਿਹੜੀਆਂ ਅਜਈਆਂ ਔਰਤਾਂ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਗਈਆਂ ਨੇ ਜਿਹੜੀਆਂ ਕਿ ਸਮਾਜ ਦੇ ਵਿੱਚ ਕੋਈ ਨਾ ਕੋਈ ਰਤਬਾ ਰੱਖਦੀਆਂ ਨੇ ਪਰ ਉਹਨਾਂ ਦੀਆਂ ਤਸਵੀਰਾਂ ਨਾਲ ਪੂਰੀ ਛੇੜਛਾੜ ਕੀਤੀ ਗਈ ਹੈ ਸੁਪਰੀਮ ਕੋਰਟ ਦੇ ਨਾਲ ਜੁੜੀ ਇੱਕ ਅਹਿਮ ਜਾਣਕਾਰੀ ਤੁਹਾਨੂੰ ਦੇ ਦਿੰਨੇ ਆਮਿਕਰੋਨ ਦੇ ਵੱਡੇ ਕੇਸਾਂ ਦੇ ਮੱਦੇ ਨਜ਼ਰ ਸੁਪਰੀਮ ਕੋਰਟ ਦੇ ਵਿੱਚ ਆਉਂਦੇ 2 ਹਫ਼ਤਿਆਂ ਦੇ ਲਈ ਹੁਣ ਆਨਲਾਈਨ ਸੁਣਵਾਈ ਹੋਵੇਗੀ ਅੱਜ ਤੋਂ 2 ਹਫ਼ਤਿਆਂ ਤੱਕ ਜਿਹੜਾ ਹੈਗਾ ਆਨਲਾਈਨ ਸੁਣਵਾਈ ਹੋਵੇਗੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਨੂੰ ਕੁਝ ਹੋਰ ਖਾਸ ਤੇ ਵੱਡੀਆਂ ਖਬਰਾਂ ਦੱਸਦੇ ਆਂ ਸਭ ਤੋਂ ਪਹਿਲਾਂ ਸਜਦਾ ਕਰਾਂਗੇ ਸਭ ਤੋਂ ਪਹਿਲਾਂ ਸ਼ਰਧਾਂਜਲੀ ਦੇਵਾਂਗੇ ਉਸ ਮਹਾਨ ਸ਼ਖਸੀਅਤ ਨੂੰ ਜਿਸ ਨੇ ਸੰਗੀਤ ਦੇ ਖਾਸ ਕਰਕੇ ਸਿੱਖ ਸੰਗੀਤ ਦੇ ਧੂ ਤਾਰੇ ਪੈਦਾ ਕੀਤੇ ਸਿੱਖ ਕੌਮ ਦੀ ਉੱਗੀ ਸ਼ਖਸੀਅਤ ਪਦਮ ਸ੍ਰੀ ਪ੍ਰੋਫੈਸਰ ਕਰਤਾਰ ਸਿੰਘ ਜੀ ਦਾ ਐਤਵਾਰ ਤੜਕੇ ਦੇਹਾਂਤ ਹੋ ਗਿਆ 92 ਵਰਿਆਂ ਦੀ ਉਹਨਾਂ ਦੀ ਉਮਰ ਸੀ ਜਨਮ 1928 ਨੂੰ ਲਾਹੌਰ ਸ਼ਹਿਰ ਦੇ ਪਿੰਡ ਘੁੰਮਣਕੇ ਵਿੱਚ ਹੋਇਆ ਸੀ ਸੰਗੀਤ ਵਿੱਚ ਉੱਚ ਸਿੱਖਿਆ ਹਾਸਲ ਕਰਨ ਤੋਂ ਬਾਅਦ 뮤ਜ਼ਿਕ ਲੈਕਚਰਰ ਵਜੋਂ ਉਹਨਾਂ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਤੇ ਬਾਅਦ ਵਿੱਚ ਵੱਖ-ਵੱਖ ਕਾਲਜਾਂ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ। ਉਹਨਾਂ ਨੂੰ ਗੁਰਮਤ ਸੰਗੀਤ ਅਤੇ ਖਾਸ ਤੌਰ ਤੇ ਪੁਰਾਤਨ ਸੰਗੀਤ ਸ਼ੈਲੀ ਦਾ ਗੂੜਾ ਗਿਆਨ ਸੀ ਤੇ ਕਈ ਵਿਦਿਆਰਥੀਆਂ ਨੂੰ ਉਹਨਾਂ ਨੇ ਸਿਖਲਾਈ ਵੀ ਦਿੱਤੀ। ਇਸ ਵਕਤ ਉਹ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੰਗੀਤ ਅਕੈਡਮੀ ਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਸੀ। ਐਨੀ ਵੱਡੀ ਉਮਰ ਦੇ ਵਿੱਚ ਆ ਕੇ ਵੀ ਉਹ ਲਗਾਤਾਰ ਆਪਣੇ ਇਸ ਸੰਗੀਤ ਨੂੰ ਸਮਰਪਿਤ ਸਨ ਗੁਰਮਤ ਸੰਗੀਤ ਦੇ ਲਈ ਉਹਨਾਂ ਦਾ ਵਿਲੱਖਣ ਯੋਗਦਾਨ ਸੀ ਇਸੇ ਕਰਕੇ ਉਹਨਾਂ ਨੂੰ ਪਦਮ ਸ੍ਰੀ ਅਤੇ ਹੋਰ ਪੁਰਸਕਾਰਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਉਹਨਾਂ ਦਾ ਅੰਤਿਮ ਸੰਸਕਾਰ ਮਾਡਲ ਟਾਊਨ ਲੁਧਿਆਣਾ ਵਿਖੇ ਕੀਤਾ ਗਿਆ ਲਖੀਮਪੁਰ ਖੀਰੀ ਕਤਲकांड ਦੇ ਨਾਲ ਜੁੜੀ ਹੋਈ ਅਹਿਮ ਖਬਰ ਹੈ ਕਤਲकांड ਦੇ ਵਿੱਚ ਪੀੜਤ ਕਿਸਾਨਾਂ ਨੂੰ ਕੋਈ ਇਨਸਾਫ ਤਾਂ ਹਾਲੇ ਨਹੀਂ ਮਿਲਿਆ ਪਰ ਦੋ ਕਿਸਾਨਾਂ ਨੂੰ ਗ੍ਰਿਫਤਾਰ ਜ਼ਰੂਰ ਕਰ ਲਿਆ ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ ਨੇ ਤਿੰਨ ਬੀਜੇਪੀ ਵਰਕਰਾਂ ਨੂੰ ਕਥਿਤ ਤੌਰ ਤੇ ਕੁੱਟ-ਕੁੱਟ ਕੇ ਮਾਰਨ ਦੇ ਮਾਮਲੇ ਵਿੱਚ ਦੋ ਨੌਜਵਾਨ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਲਖੀਮਪੁਰ ਖੀਰੀ ਪੁਲਿਸ ਨੇ ਦੱਸਿਆ ਕਿ 29 ਸਾਲ ਦੇ ਕਮਲਜੀਤ ਸਿੰਘ ਅਤੇ 35 ਸਾਲ ਦੇ ਕਵਲਜੀਤ ਸਿੰਘ ਉਰਫ ਸੋਨੂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਿ 2 ਮਹੀਨਿਆਂ ਤੋਂ ਫਰਾਰ ਸੀ ਇਸ ਤੋਂ ਪਹਿਲਾਂ ਸੈੱਟ ਨੇ ਕੁਝ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਸੀ ਜਿਨ੍ਹਾਂ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਵੀ ਸ਼ਾਮਲ ਸਨ ਤਿੰਨ ਬੀਜੇਪੀ ਵਰਕਰਾਂ ਦੀ ਮੌਤ ਦੇ ਮਾਮਲੇ ਵਿੱਚ ਹੁਣ ਤੱਕ 6 ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਸੈੱਟ ਇਸ ਤੋਂ ਪਹਿਲਾਂ ਬਚਿੱਤਰ ਸਿੰਘ ਗੁਰਵਿੰਦਰ ਸਿੰਘ ਅਵਤਾਰ ਸਿੰਘ ਤੇ ਰਣਜੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਚੁੱਕੀ ਹੈ ਅਕਤੂਬਰ 2021 ਨੂੰ ਲਖੀਮਪੁਰ ਦੇ ਤਿਕੁਨੀਆਂ ਪਿੰਡ ਦੇ ਵਿੱਚ ਵਾਪਰੀ ਇਸ ਘਟਨਾ ਦੇ ਵਿੱਚ ਇਸ ਕਤਲकांड ਦੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਦੇ ਵਿੱਚ 4 ਕਿਸਾਨ ਸ਼ਾਮਲ ਸਨ ਇਸ ਕਤਲकांड ਦੇ ਵਿੱਚ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਮੌਤ ਦੇ ਮਾਮਲੇ ਵਿੱਚ ਕੇਂਦਰੀ ਗੜਾ ਰਾਜ ਮੰਤਰੀ ਅਜੀਤ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਪਰ ਉਸ ਨੂੰ ਬਚਾਉਣ ਦੀ ਵੀ ਜਿਹੜੀ ਪੂਰੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ। ਅਗਲੀ ਖਬਰ ਜਸਵਿੰਦਰ ਸਿੰਘ ਮਲਤਾਨੀ ਨਾਮ ਦੇ ਨੌਜਵਾਨ ਨਾਲ ਜੁੜੀ ਹੋਈ ਹੈ ਜਿਹੜਾ ਇਸ ਵਕਤ ਜਰਮਨੀ ਦੇ ਵਿੱਚ ਰਹਿ ਰਿਹਾ ਹੈ ਜਿਸ ਦੇ ਬਾਰੇ ਪਿਛਲੇ ਦਿਨੀ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਜਰਮਨੀ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਲੁਧਿਆਣਾ ਬੰਬ ਕਾਂਡ ਦੇ ਵਿੱਚ ਤੇ ਹੁਣ ਖਬਰ ਇਹ ਮਿਲ ਰਹੀ ਹੈ ਕਿ 6 ਫਾਰ ਜਸਟਿਸ ਦੇ ਕਥਿਤ ਮੈਂਬਰ ਜਸਵਿੰਦਰ ਸਿੰਘ ਮੁਲਤਾਨੀ ਦੇ ਵਿਰੁੱਧ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟਾ ਕੇਸ ਦਰਜ ਕਰਨ ਵਾਲੀ ਕੌਮੀ ਜਾਂਚ ਏਜੰਸੀ ਨੇ ਸੰਕੇਤ ਦਿੱਤਾ ਹੈ ਕਿ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਲਈ ਡਰੋਨ ਦੀ ਵਰਤੋਂ ਦੇ ਮਾਮਲੇ ਦੀ ਉਹ ਜਾਂਚ ਕਰੇਗੀ ਯਾਨੀ ਕਿ NIA ਹੁਣ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿੱਚ ਅਤੇ ਡਰੋਨ ਨਾਲ ਹਥਿਆਰ ਭੇਜਣ ਦੇ ਮਾਮਲੇ ਵਿੱਚ ਜਸਵਿੰਦਰ ਮੁਲਤਾਨੀ ਦੀ ਸ਼ਮੂਲੀਅਤ ਦੀ ਜਾਂਚ ਕਰੇਗੀ NIA ਦੇ ਸੂਤਰਾਂ ਨੇ ਦੱਸਿਆ ਕਿ ਹਥਿਆਰਾਂ ਗੋਲਾ ਬਾਰੂਦ ਵਿਸਫੋਟਕ ਅਤੇ ਨਿਸ਼ਲੇਪ ਪਦਾਰਥਾਂ ਦੀ ਤਸਕਰੀ ਲਈ ਡਰੋਨ ਦੀ ਵਰਤੋਂ ਕੀਤੀ ਜਾਂਦੀ ਹੈ ISI ਦੀ ਹਮਾਇਤ ਪ੍ਰਾਪਤ ਪਾਕਿਸਤਾਨ ਸਥਿਤ ਜਿਹੜੇ ਕੁਝ ਦਸ਼ਤਕਾਰਦ ਇਹਦੇ ਵਿੱਚ ਸ਼ਾਮਿਲ ਨੇ ਤੇ ਜਸਵਿੰਦਰ ਮਲਤਾਨੀ ਵੀ ਉਹਨਾਂ ਦੇ ਸੰਪਰਕ ਦੇ ਵਿੱਚ ਹੈ। ਲੰਗੀ ਸਾਲ 2021 ਦੇ ਵਿੱਚ ਪੰਜਾਬ ਤੇ ਜੰਮੂ ਦੀ ਸਰਹੱਦ ਤੇ ਕਰੀਬ 70 ਡਰੋਨ ਦੇਖੇ ਗਏ। ਇਹਨਾਂ ਡਰੋਨਾਂ ਦੀ ਵਰਤੋਂ ਪਾਕਿਸਤਾਨ ਸਥਿਤ ਤੱਤਾਂ ਦੇ ਵੱਲੋਂ ਭਾਰਤ ਵਿੱਚ ਹਥਿਆਰਾਂ ਤੇ ਨਿਸ਼ਲੇ ਪਦਾਰਥਾਂ ਦੀ ਸਪਲਾਈ ਲਈ ਕੀਤੀ ਜਾਂਦੀ ਹੈ। ਬੀਐਸਐਫ ਨੇ ਕੁਝ ਡਰੋਨਾਂ ਨੂੰ ਡੇਗ ਵੀ ਦਿੱਤਾ। ਉਧਰ ਪੰਜਾਬ ਦੇ ਵਿੱਚ ਬੌ ਕਰੋੜੀ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨਾ ਕਰਨ ਤੋਂ ਆਮ ਆਦਮੀ ਪਾਰਟੀ ਨੂੰ ਤਕਲੀਫ ਹੋ ਰਹੀ ਹੈ। ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਤੇ ਪੰਜਾਬ ਆ ਲੰਦੇ ਸਹਿ ਇੰਚਾਰਜ ਰਾਗਪ ਚੱਡਾ ਨੇ ਕਿਹਾ ਕਿ ਪੰਜਾਬ ਦੇ ਵਿੱਚੋਂ ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਖਤਮ ਕਰਨ ਲਈ ਚੰਨੀ ਸਰਕਾਰ ਸੂਬੇ ਦੇ ਲੋਕਾਂ ਨਾਲ ਸਿਆਸੀ ਖੇਡਾਂ ਖੇਡ ਰਹੀ ਹੈ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਸੂਬੇ ਦੀ ਚੰਨੀ ਸਰਕਾਰ ਨੇ ਵਿਕਰਮ ਮਜੀਠੀਆ ਵਿਰੁੱਧ ਕਮਜ਼ੋਰ ਐਫ ਆਈ ਆਰ ਦਰਜ ਕਰਕੇ ਸਿਰਫ ਸਿਆਸੀ ਡਰਾਮਾ ਰਚਿਆ ਐਫ ਆਈ ਆਰ ਵੀ ਦਸੰਬਰ ਨੂੰ ਦਰਜ ਹੋਈ ਸੀ ਤੇ 2 ਜਨਵਰੀ ਚੜ ਗਈ ਹੈ ਹਾਲੇ ਤੱਕ ਮਜੀਠੀਆ ਸ਼ਰਿਆਮ ਘੁੰਮ ਰਿਹਾ ਦੋ ਹਫ਼ਤੇ ਬਾਅਦ ਵੀ ਮਜੀਠੀਆ ਦੀ ਅਗਾਊਂ ਜ਼ਮਾਨਤ ਰੱਦ ਹੋਣ ਦੇ ਬਾਵਜੂਦ ਉਹ ਖੁੱਲ੍ਹੇ ਆਮ ਘੁੰਮ ਰਿਹਾ ਹੈ ਉਹਨਾਂ ਨੇ ਕਿਹਾ ਕਿ ਨਵੇਂ ਸਾਲ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣਗੇ ਮਜੀਠੀਆ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੇ ਮਜੀਠੀਆ ਨੂੰ ਗ੍ਰਿਫਤਾਰ ਨਾ ਕਰਨ ਲਈ ਪੰਜਾਬ ਸਰਕਾਰ ਯਾਨੀ ਕਿ ਚੰਨੀ ਸਰਕਾਰ ਤੇ ਬਾਦਲ ਪਰਿਵਾਰ ਵਿਚਾਲੇ ਸਮਝੌਤਾ ਹੋ ਚੁੱਕਿਆ ਇਹ ਉਹਨਾਂ ਨੇ ਇਲਜ਼ਾਮ ਲਾਇਆ ਹੈ ਦਰਸਲ ਨਵੇਂ ਸਾਲ ਵਾਲੇ ਦਿਨ ਯਾਨਕੀ 1 ਜਨਵਰੀ 2022 ਨੂੰ ਵਿਕਰਮ ਸਿੰਘ ਮਜੀਠੀਆ ਦੇ ਫੇਸਬੁੱਕ ਪੇਜ ਤੋਂ ਇੱਕ ਪੋਸਟ ਅਪਲੋਡ ਹੋਈ ਸੀ ਜਿਸ ਦੇ ਵਿੱਚ ਲੋਕਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਉਸ ਪੋਸਟ ਦੇ ਨਾਲ ਵਿਕਰਮ ਮਜੀਠੀਆ ਦੀ ਤਸਵੀਰ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਆਪਣੇ ਸਿਰ ਤੇ ਚੁੱਕਿਆ ਹੋਇਆ ਤੇ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਇਹ ਨਵੇਂ ਸਾਲ ਮੌਕੇ ਦਰਬਾਰ ਸਾਹਿਬ ਜਾ ਕੇ ਆਇਆ ਹੈ ਪਰ ਵਿਕਰਮ ਮਜੀਠੀਆ ਦੀ ਇਹ ਤਸਵੀਰ ਕਦੋਂ ਦੀ ਹੈ ਇਸ ਬਾਰੇ ਗੋਸ਼ਟੀ ਕੋਈ ਨਹੀਂ ਹੈ ਹੁਣ ਖਬਰ ਉਸ ਪੰਥਕ ਇਕੱਠ ਦੀ ਜਿਹੜਾ ਕਿ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਬੁਲਾਇਆ ਸੀ ਪੰਥਕ ਇਕੱਠ ਦੇ ਨਾਮ ਦੇ ਉੱਤੇ ਇਹ ਇਕੱਠ ਹੈ ਜਿਹੜਾ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਹੀ ਸੱਦਿਆ ਗਿਆ ਸੀ ਇਹ ਇਕੱਠ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਜੋ ਬੇਅਦਬੀ ਦੇ ਮਾਮਲੇ ਸਾਹਮਣੇ ਆ ਰਹੇ ਨੇ ਉਹਨਾਂ ਨੂੰ ਲੈ ਕੇ ਸੱਦਿਆ ਸੀ ਤੇ ਇਸ ਇਕੱਠ ਦੇ ਵਿੱਚ ਸ਼੍ਰੀ ਗੁਰੂਕਾਲਤਾਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਾਸ ਤੌਰ ਤੇ ਪਹੁੰਚੇ ਹੋਏ ਸੀ ਉਹਨਾਂ ਦੀ ਤਕਰੀਰ ਸੁਣ ਕੇ ਇੱਕ ਸਵਾ ਸਭ ਤੋਂ ਪਹਿਲਾ ਇਹੀ ਮਨ ਦੇ ਵਿੱਚ ਆਉਂਦਾ ਹੈ ਕਿ ਕੀ ਜਥੇਦਾਰ ਦੀ ਤਕਰੀਰ ਟੈਂਦੇ ਜਾ ਰਹੇ ਅਕਾਲੀਆਂ ਦੇ ਗੜ੍ਹ ਨੂੰ ਬਚਾ ਲਊਗੀ ਗਿਆਨੀ ਹਰਪ੍ਰੀਤ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਸਿੱਖ ਸਭ ਕੁਝ ਬਰਦਾਸ਼ਤ ਕਰ ਸਕਦੇ ਨੇ ਪਰ ਆਪਣੇ ਗੁਰਤਾਮਾਤੇ ਹਮਲਾ ਨਹੀਂ ਬਰਦਾਸ਼ਤ ਕਰ ਸਕਦੇ ਸ਼੍ਰੋਮਣੀ ਅਕਾਲੀ ਦਲ ਦੀ ਸ਼ਲਾਘਾ ਵੀ ਕੀਤੀ ਕਹਿੰਦੇ ਲੰਬੇ ਅਰਸੇ ਤੋਂ ਬਾਅਦ ਦਰਵਾਸਾ ਵਖੇ ਕੋਈ ਪੰਥਕ ਇਕੱਠ ਹੋਇਆ ਹੈ ਕਿਉਂਕਿ ਮੀਰੀ ਤੇ ਪੀਰੀ ਨੂੰ ਸਾਡੇ ਸਿਧਾਂਤਾਂ ਤੋਂ ਕੋਈ ਵੱਖ ਨਹੀਂ ਕਰ ਸਕਦਾ ਸਾਡਾ ਧਰਮ ਤੇ ਰਾਜਨੀਤੀ ਹਮੇਸ਼ਾ ਇਕੱਠੇ ਰਹਿਣਗੇ ਇਕੱਠੇ ਸੰਨ ਤੇ ਇਕੱਠੇ ਹੀ ਰਹਿਣਗੇ ਜਥੇਦਾਨ ਨੇ ਕਿਹਾ ਕਿ ਕੌਮ ਨੂੰ ਕਿਸੇ ਵੀ ਕੌਮ ਨੂੰ ਖਤਮ ਜਾਂ ਕਮਜ਼ੋਰ ਕਰਨ ਲਈ ਸੰਸਥਾਵਾਂ ਤੇ ਹਮਲੇ ਕੀਤੇ ਜਾਂਦੇ ਨੇ ਤੇ ਅੱਜ ਸਾਡੀ ਕੌਮ ਨੂੰ ਖਤਮ ਕਰਨ ਲਈ ਸਾਡੀਆਂ ਸੰਸਥਾਵਾਂ ਜਿਨ੍ਹਾਂ ਦੇ ਵਿੱਚ ਐਸਜੀਪੀਸੀ ਦਿੱਲੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਪਟਨਾ ਸਾਹਿਬ ਕਮੇਟੀ ਉਹਨਾਂ ਨੂੰ ਖਤਮ ਕਰਨ ਦੇ ਭਰਪੂਰ ਯਤਨ ਕੀਤੇ ਜਾ ਰਹੇ ਨੇ ਪਰ ਦੁਸ਼ਮਣ ਦੀਆਂ ਚਾਲਾਂ ਕਾਮਯਾਬ ਨਹੀਂ ਹੋ ਪਾਰੀਆਂ ਜਿਸ ਦਾ ਸਿਹਰਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂਦਾ ਹੈ ਜਥੇਦਾਰ ਨੇ ਆਪਣੀ ਗੱਲ ਨੂੰ ਪੂਰਾ ਪਰਪੱਖ ਕਰਨ ਦੇ ਲਈ ਦੱਸਿਆ ਕਿ 18 ਦਸੰਬਰ ਨੂੰ ਜਿਹੜਾ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਸੀ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਉਹ ਖਾਸ ਤੌਰ ਤੇ ਸੋਦਰ ਰਹਿਰਾ ਸਾਹਿਬ ਦੀ ਬਾਣੀ ਦੇ ਪਾਠ ਨੂੰ ਖੰਡਿਤ ਕਰਨ ਦੇ ਲਈ ਕੀਤਾ ਗਿਆ ਸੀ ਜੇ ਦੁਸ਼ਮਣ ਸਫਲ ਹੋ ਜਾਂਦਾ ਤਾਂ ਕਮੇਟੀ ਦੇ ਖਿਲਾਫ ਇੱਕ ਵਰਤਾਂਤ ਸਿਰਜਿਆ ਜਾਂਦਾ ਕਮੇਟੀ ਪ੍ਰਬੰਧ ਸਾਹਮਣ ਦੇ ਵਿੱਚ ਨਾ ਕਾਮਯਾਬ ਰਹੀ ਹੈ ਇਕ ਤੂਫਾਨ ਖੜਾ ਕਰਨ ਦੀ ਕੋਸ਼ਿਸ਼ ਸੀ ਤੇ ਇਸੇ ਤਹਿਤ ਕਹਿੰਦੇ ਅਕਾਲੀ ਦਲ ਨੂੰ ਵੀ ਨਿਸ਼ਾਨਾ ਬਣਾਇਆ ਜਾਣਾ ਸੀ ਪਰ ਗੁਰਰਾਮ ਦਾਸ ਪਾਤਸ਼ਾਹ ਦੀ ਕਲਾ ਵਰਤੀ ਕੇ ਦੁਸ਼ਮਣਾਂ ਦਾ ਇਰਾਦਾ ਸਫਲ ਨਹੀਂ ਹੋਇਆ ਇਸ ਮੌਕੇ ਜਥੇਦਾਰ ਨੇ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਚੁੱਕੇ ਮਨਜਿੰਦਰ ਸਿੰਘ ਸਿਰਸਾ ਦੇ ਬਾਰੇ ਵੀ ਬਿਆਨ ਦਿੱਤਾ ਜਿਹੜੇ ਕਿ ਮੋੜ ਤੋਂ ਦਿੱਲੀ ਕਮੇਟੀ ਦੇ ਪ੍ਰਧਾਨਗੀ ਦੇ ਅਹੁਦੇ ਤੇ ਕਾਬਜ਼ ਹੋਣ ਦੀ ਪੂਰੀ ਕੋਸ਼ਿਸ਼ ਦੇ ਵਿੱਚ ਨੇ ਉਹਨਾਂ ਸਿਰਸਾ ਨੂੰ ਸੁਨੇਹਾ ਵੀ ਭੇਜਿਆ ਕਿ ਭਾਵੇਂ ਉਹ ਦਿੱਲੀ ਕਮੇਟੀ ਛੱਡ ਗਏ ਨੇ ਪਰ ਬੀਜੇਪੀ ਚ ਰਹਿ ਕੇ ਸਿੱਖ ਸੰਸਥਾਵਾਂ ਦੀ ਮਜ਼ਬੂਤੀ ਲਈ ਕੰਮ ਜ਼ਰੂਰ ਕਰਨ ਪਿਛਲੇ ਦਿਨੀ ਸਿੱਖ ਨੌਜਵਾਨ ਨੂੰ ਜੋ ਗ੍ਰਿਫ ਕੀਤਾ ਗਿਆ ਹੈ ਉਸ ਦੀ ਤੇ ਉਸ ਦੇ ਪਰਿਵਾਰ ਦੀ ਗ੍ਰਿਫਤਾਰੀ ਨੂੰ ਜਥੇਦਾਰ ਨੇ ਗਲਤ ਦੱਸਿਆ ਹੈ ਚੋਣ ਲੜਨ ਵਾਲੇ ਕਿਸਾਨ ਲੀਡਰਾਂ ਤੇ ਬਰੇ ਨੇ ਜਥੇਦਾਰ ਕਹਿੰਦੇ ਉਹਨਾਂ ਨੂੰ ਪਹਿਲਾਂ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਸੋਚਣਾ ਚਾਹੀਦਾ ਸੀ ਪਰ ਉਹਨਾਂ ਨੂੰ ਵੋਟਾਂ ਵਿੱਚ ਖੜਨ ਦੀ ਕਾਲੀ ਪੈ ਗਈ ਅਕੀਤੂ ਬੋਲਦੇ ਹਨ ਜਥੇਦਾਰ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਗਲਤ ਗੱਲ ਦੇ ਖਿਲਾਫ ਖੜਨ ਵਾਲੀ ਪਾਰਟੀ ਹੈ ਸੰਗਤ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਸੰਸਥਾਵਾਂ ਦੇ ਹੱਥ ਮਜ਼ਬੂਤ ਕਰਨੇ ਚਾਹੀਦੇ ਨੇ ਤੇ ਪੰਥ ਨੂੰ ਮਜ਼ਬੂਤ ਤਾਂ ਹੀ ਕੀਤਾ ਜਾ ਸਕਦਾ ਹੈ ਅੱਜ ਸਾਡੀਆਂ ਪਰੰਪਰਾਵਾਂ ਤੇ ਹਮਲਾ ਹੋ ਰਿਹਾ ਹੈ ਸਾਡੇ ਗੁਰਦੁਆਰਿਆਂ ਤੇ ਹਮਲਾ ਹੋ ਰਿਹਾ ਹੈ ਔਰ ਸਾਡੇ ਸਤਿਗੁਰੂ ਦੇ ਉੱਤੇ ਹਮਲਾ ਕਰਨ ਦਾ ਯਤਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਤੇ ਜੇ ਕਿਸੇ ਕੌਮ ਨੂੰ ਮਜਬੂਰ ਕਰਨਾ ਹੈ ਕਮਜ਼ੋਰ ਕਰਨਾ ਹੈ ਖਤਮ ਕਰਨਾ ਹੈ ਤੇ ਉਹਦੀਆਂ ਸੰਸਥਾਵਾਂ ਦੇ ਉੱਤੇ ਹਮਲੇ ਕੀਤੇ ਜਾਣ ਇਹ ਨੀਤੀ ਕਹਿੰਦੀ ਹੈ ਤੇ ਅੱਜ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਵਾਸਤੇ ਸਾਡੇ ਤੇ ਹਮਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਸਾਡੀਆਂ ਸੰਸਥਾਵਾਂ ਦੇ ਵਿੱਚੋਂ ਸਭ ਤੋਂ ਵੱਡੀ ਸੰਸਥਾ ਜਿਹੜੀ ਹੈ ਸਾਡੀ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸਾਡੀ ਸਭ ਤੋਂ ਵੱਡੀ ਸੰਸਥਾ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਪਟਨਾ ਸਾਹਿਬ ਬੋਰਡ ਹੈ ਹਜ਼ੂਰ ਸਾਹਿਬ ਬੋਰਡ ਹੈ ਚੀਫ ਖਾਲਸਾ ਦਿਵਾਨ ਹੈ ਔਰ ਸਾਡੀਆਂ ਸਾਰੀਆਂ ਸੰਪਰਦਾਵਾਂ ਦਮਦਮੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਸੇਵਾ ਪੰਥੀ ਨਾਨਕ ਸਰ ਜਿੰਨੀਆਂ ਵੀ ਸਾਡੀਆਂ ਸੰਪਰਦਾਵਾਂ ਨੇ ਇਹ ਸਾਡੀ ਕੌਮ ਦੀ ਰੀੜ ਦੀ ਹੱਡੀ ਹੈ ਉਹਦਾ ਮਕਸਦ ਕੀ ਸੀ ਉਸ ਦਾ ਮਕਸਦ ਜਿਹੜਾ ਸੀ ਉਹ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਚੱਲ ਰਹੀ ਨਿਤਾਪਤੀ ਜਿਹੜੀ ਮਰਿਆਦਾ ਰਹਿਰਾਜ ਸਾਹਿਬ ਜੀ ਦਾ ਪਾਠ ਉਹਨੂੰ ਖੰਡਨ ਕਰਨਾ ਸੀ ਜੇ ਕਿਤੇ ਖੁਦਾ ਨਾ ਖਾਸਤਾ ਉਹ ਆਪਣੀ ਇਸ ਕਨਾਉਣੀ ਕਰਤੂਤ ਨੂੰ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਚੱਲ ਰਹੀ ਨਿਤਾਪਤੀ ਮਰਿਆਦਾ ਰਹਿਰਾਜ ਸਾਹਿਬ ਦਾ ਪਾਠ ਖੰਡਨ ਕਰਨ ਦੇ ਵਿੱਚ ਉਹ ਕਾਮਯਾਬ ਹੋ ਜਾਂਦਾ ਤਾ ਇੱਕ ਨੈਰੇਟਿਵ ਸਿਰਜਿਆ ਜਾਣਾ ਸੀ ਇੱਕ ਬਿਰਤਾਂਤ ਸਿਰਜਿਆ ਜਾਣਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਹਰਮੰਦਰ ਸਾਹਿਬ ਜੀ ਦੀ ਮਰਿਆਦਾ ਨੂੰ ਬਚਾਉਣ ਤੋਂ ناکਾਮਜਾਬ ਰਹੀ ਹੈ ਤੇ ਫਿਰ ਹੋਣਾ ਕੀ ਸੀ ਫਿਰ ਉਹੀ ਕੁਝ ਹੋਣਾ ਸੀ ਜੋ ਪਹਿਲੋਂ ਹੁੰਦਾ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੇ ਮੂਹਰੇ ਧਰਨੇ ਹੋਣੇ ਸੀ ਮੁਜ਼ਾਰੇ ਹੋਣੇ ਸੀ ਔਰ ਇੱਕ ਬਹੁਤ ਵੱਡਾ ਜਿਹੜਾ ਹੈ ਸ਼੍ਰੋਮਣੀ ਕਮੇਟੀ ਨੂੰ ਟਾਰਗੇਟ ਕਰਨ ਦੇ ਵਾਸਤੇ ਇਸ ਸੰਸਥਾ ਨੂੰ ਕਮਜ਼ੋਰ ਕਰਨ ਦੇ ਵਾਸਤੇ ਇੱਕ ਬਵਾਲ ਇੱਕ ਭਵੰਡਰ ਇੱਕ ਤੂਫਾਨ ਜਿਹੜਾ ਹੈ ਉਹ ਖੜਾ ਕੀਤਾ ਜਾਣਾ ਸੀ ਔਰ ਇਹਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਨਿਸ਼ਾਨਾ ਬਣਾਇਆ ਜਾਣਾ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਨੂੰ ਰੂਲ ਕਰ ਰਿਹਾ ਇਸ ਘਨਾਉਣੀ ਘਟਨਾਕਰਮ ਤੋਂ ਬਾਅਦ ਸਾਡੀ ਸੰਸਥਾ ਦੀਆਂ ਚੂੜਾ ਜੜੀਆਂ ਹਿਲਾਉਣ ਦਾ ਇੱਕ ਨਾਪਾਕ ਇਰਾਦਾ ਸੀ ਸਾਡੇ ਬੈਰੀਆਂ ਦਾ ਜਿਹੜਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਨਾਲ ਨਾਕਾਮਯਾਬ ਹੋਇਆ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬੀਜੇਪੀ ਜੁਆਇਨ ਕਰ ਗਿਆ ਚਲੋ ਉਹਨੇ ਚੰਗਾ ਕੰਮ ਕੀਤਾ ਵੀ ਅਸਤੀਫਾ ਦੇ ਗਿਆ ਜਾਣ ਲੱਗਿਆ ਉਹਨੂੰ 16 ਤਰੀਕ ਨੂੰ ਦਿੱਲੀ ਦੇ ਵਿੱਚ ਗੁਰਦੁਆਰਾ ਰਕਾਬ ਗੰਜ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬ ਹਫਸ ਦੇ ਵਿੱਚ ਮੈਂ ਸੱਦਿਆ ਮੈਂ ਸਰਸਾ ਸਾਹਿਬ ਬੀਜੇਪੀ 'ਚ ਚਲੇ ਗਏ ਉਹ ਅਸਤੀਫਾ ਦੇ ਕੇ ਗਏ ਹੋ ਚਲੋ ਚੰਗਾ ਹੈ ਪਰ ਹੁਣ ਤੁਹਾਡੀ ਲੋੜ ਜ਼ਿਆਦਾ ਹੈ ਤੁਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਜ਼ਬੂਤ ਕਰੋ ਤੁਸੀਂ ਪਟਨਾ ਸਾਹਿਬ ਬੋਰਡ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤੁਸੀਂ ਸਰਕਾਰ ਦੀ ਸਹਾਇਤਾ ਦੇ ਨਾਲ ਪਟਨਾ ਸਾਹਿਬ ਬੋਰਡ ਨੂੰ ਮਜ਼ਬੂਤ ਕਰਨ ਦਾ ਯਤਨ ਕਰੋ ਪੰਥਕ ਕਹੇ ਜਾਣ ਵਾਲੇ ਇਸ ਇਕੱਠ ਦੇ ਵਿੱਚ ਸ਼੍ਰੋਮਣੀ ਕਾਲੇਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਵੀ ਤਕਰੀਰ ਕੀਤੀ ਪ੍ਰਕਾਸ਼ ਸਿੰਘ ਬਾਦਲ ਨੇ ਖਾਸ ਤੌਰ ਤੇ ਕਿਹਾ ਕਿ ਅਸੀਂ ਸ਼੍ਰੀ ਕਲਤਕ ਸਾਹਿਬ ਦੇ ਜਥੇਦਾਰ ਦੇ ਹਰ ਹੁਕਮ ਤੇ ਪੈਰਾ ਦੇਾਂਗੇ ਪਰ ਇਸ ਤੋਂ ਬਾਅਦ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜਿਹੜੇ ਜਥੇਦਾਰ ਹੈਗੇ ਨੇ ਤਖਤਾਂ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਖਾਸ ਕਰਕੇ ਉਹ ਕਿਹਦੇ ਹੁਕਮਾਂ ਤੇ ਪਹਿਰਾ ਦਿੰਦੇ ਨੇ ਕੀ ਉਹ ਸਿੱਖ ਸਿਧਾਂਤਾਂ ਗੁਰੂ ਸਾਹਿਬਾਨ ਦੇ ਹੁਕਮਾਂ ਤੇ ਪਹਿਰਾ ਦਿੰਦੇ ਨੇ ਜਾਂ ਫਿਰ ਉਹ ਅੱਜਕੱਲ੍ਹ ਦੁਨਿਆਵੀ ਸਿਆਸੀ ਲੀਡਰਾਂ ਨੂੰ ਵੀ ਅਹਿਮੀਅਤ ਦੇ ਰਹੇ ਨੇ ਬੇਅਦਬੀਆਂ ਘਟਨਾਵਾਂ ਬਾਰੇ ਬੋਲਦਿਆਂ ਬਾਦਲ ਨੇ ਕਿ ਹਾਂ ਕਿ ਚੰਨੀ ਸਰਕਾਰ ਨੂੰ ਨਾ ਇਹਨਾਂ ਘਟਨਾਵਾਂ ਦਾ ਦੁੱਖ ਹੈ ਨਾ ਅਫਸੋਸ ਹੈ ਭੰਗੜੇ ਪਾਉਂਦੇ ਫਿਰਦੇ ਨੇ ਕਹਿੰਦੇ ਭਾਰਤ ਦੀ ਹਰ ਸਰਕਾਰ ਨੇ ਅੱਜ ਤੱਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਵੱਖੋ ਵੱਖਰੇ ਤਰੀਕਿਆਂ ਨਾਲ ਹਮਲੇ ਕੀ ਨਿਸ਼ਕਤੀ ਖੋਣ ਦੀ ਹੁੰਦੀ ਹੈ ਪਰ ਸਿੱਖ ਸੰਗਤ ਜਾਣਦੀ ਹੈ ਕਿ ਉਹਨਾਂ ਦੇ ਕੋਲ ਧਾਰਮਿਕ ਸੇਵਾ ਕਰਨ ਲਈ ਸ਼੍ਰੋਮਣੀ ਕਮੇਟੀ ਅਤੇ ਸਿਆਸੀ ਲੋੜਾਂ ਪੂਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਹੈ। ਯਾਨੀ ਕਿ ਇਸ ਪੰਥਕ ਇਕੱਠ ਦੇ ਵਿੱਚ ਖਾਸ ਤੌਰ ਤੇ ਸ਼ੋਮਣੀ ਅਕਾਲੀ ਦਲ ਦੇ ਗਵਾਚ ਚੁੱਕੇ ਵਜੂਦ ਨੂੰ ਮੁੜ ਤੋਂ ਸੁਰਜੀਤ ਕਰਨ ਦੀ ਪੂਰੀ ਵਾਹ ਹੈ ਜਿਹੜੀ ਉਹ ਲਾਈ ਗਈ ਹੈ ਬਾਦਲ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੈਂ ਬੇਨਤੀ ਕਰਦਾ ਕਿ ਉਹਨਾਂ ਦੇ ਹਰ ਹੁਕਮ ਤੇ ਅਸੀਂ ਪੈਰਾ ਦੇਾਂਗੇ ਉਮਰ ਦੇ ਲਿਹਾਜ਼ ਨਾਲ ਮੈਂ ਭਾਵੇਂ ਕਹਿੰਦੇ ਕੰਮ ਨਹੀਂ ਕਰ ਸਕਦਾ ਪਰ ਮੇਰਾ ਇੱਕ ਇੱਕ ਸਾਹ ਜਿਹੜਾ ਜ਼ਿੰਦਗੀ ਦਾ ਬਚਿਆ ਉਹ ਪੰਥ ਦੇ ਹੁਕਮ ਦੀ ਉਡੀਕ ਕਰਦਾ ਰਹਿੰਦਾ ਹੈ ਬਾਦਲ ਦੀ ਪਾਰਟੀ ਛੱਡਣ ਵਾਲਿਆਂ ਤੇ ਵੀ ਨਿਸ਼ਾਨਾ ਸਾਧਦੇ ਆ ਕਹਿੰਦੇ ਕੁਰਸੀਆਂ ਦੇ ਲਾਲਚਾਂ ਵਿੱਚ ਤੇ ਟਿਕਟਾਂ ਨਾ ਮਿਲਣ ਕੇ ਮਿਲਣ ਕਰਕੇ ਇਹ ਭੱਜ ਕੇ ਦੂਜੇ ਪਾਸੇ ਚਲੇ ਜਾਂਦੇ ਨੇ ਤੇ ਸਾਨੂੰ ਇਸ ਬੇਅਸੂਲੀ ਨੂੰ ਖਤਮ ਕਰਨਾ ਪਊਗਾ ਬਾਦਲ ਨੇ ਆਪਣੇ ਵਿਰੋਧੀਆਂ ਨੂੰ ਵੀ ਸੁਨੇਹਾ ਭੇਜਿਆ ਕਹਿੰਦੇ ਜੇਲ੍ਹਾਂ ਦਾ ਡਰ ਸਾਨੂੰ ਨਾ ਦੇਓ ਮੈਂ 15 ਸਾਲ ਜੇਲ੍ਹਾਂ ਕੱਟੀਆਂ ਨੇ ਅਖੀਰ ਅਖੀਰ ਦੇ ਵਿੱਚ ਬੇਨਤੀ ਕੀਤੀ ਕਿ ਇਹਨਾਂ ਦੀਆਂ ਚਾਲਾਂ ਨੂੰ ਸਮਝਿਆ ਜਾਵੇ ਭਾਜਪਾ ਦੇ ਵੱਲੋਂ ਅਕਾਲੀਆਂ ਦੇ ਲੀਡਰ ਪੱਟ ਪੱਟ ਕੇ ਲੈ ਜਾਣ ਦਾ ਦੁੱਖ ਵੀ ਬਾਦਲ ਦੀ ਤਕਰੀਰ ਵਿੱਚੋਂ ਝਲਕਿਆ ਕਹਿੰਦੇ ਆ ਮਨਜਿੰਦਰ ਸਰਸੇ ਨੂੰ ਆਪਾਂ ਕੀ ਨਹੀਂ ਦਿੱਤਾ ਪ੍ਰਧਾਨਗੀ ਦਿੱਤੀ ਇੱਜ਼ਤ ਦਿੱਤੀ ਪਰ ਫਿਰ ਵੀ ਉਹ ਪਾਰਟੀ ਛੱਡ ਕੇ ਉਧਰ ਨੂੰ ਹੋ ਤਰਿਆ ਪਰ ਇਹ ਵੀ ਸੱਚ ਹੈ ਕਿ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਗੱਠਜੋੜ ਵਿੱਚ ਹੁੰਦਾ ਸੀ ਤੇ ਉਸ ਵਕਤ ਅਕਾਲੀ ਦਲ ਦੇ ਲੀਡਰ ਭਾਜਪਾ ਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ ਸੀ ਕਿ ਇਹ ਸਰਕਾਰਾਂ ਇਹ ਹਰਮੰਦਰ ਸਾਹਿਬ ਆ ਆਪਣੇ ਉੱਚ ਧਰਮ ਸਥਾਨਾਂ ਤੇ ਕਿਉਂ ਹਮਲੇ ਕਰਦੇ ਆ ਭਵੇਂ ਕੋਈ ਸਰਕਾਰ ਦੇਖੋ ਇਹ ਕਰਦੇ ਆ ਕਿ ਸਭ ਤੋਂ ਵੱਧ ਜੋ ਰੋਹਾਨੀ ਸ਼ਕਤੀ ਹੁੰਦੀ ਹੈ ਇੱਕ ਤਾਂ ਤੁਹਾਡੀ ਜਸਮਾਨੀ ਸ਼ਕਤੀ ਹੈ ਇੱਕ ਰੋਹਾਨੀ ਸ਼ਕਤੀ ਹੈ ਰੋਹਾਨੀ ਸ਼ਕਤੀ ਜਿਹੜੀ ਹੈ ਉਹ ਆਪਾਂ ਨੂੰ ਆਪਣੇ ਪੂਜਿਆ ਸਥਾਨਾਂ ਵਿੱਚੋਂ ਮਿਲਦੀ ਹੈ ਜੇ ਇਹ ਰੋਹਾਨੀ ਸ਼ਕਤੀ ਆਪਾ ਤੋਂ ਖੋ ਲਈ ਜਾਏ ਇਹਸ ਕਰਕੇ ਮੇਰੀ ਬੇਨਤੀ ਹੈ ਉਹਨਾਂ ਨੇ ਦੋ ਤਰੀਕੇ ਵਰਤਦੇ ਹਨ ਇੱਕ ਤਾਂ ਕਿ ਰੋ ਰੋਹਾਨੀ ਸ਼ਕਤੀ ਦੇ ਜਿਹੜੇ ਸੋਮੇ ਹਨ ਇਹਨਾਂ ਨੂੰ ਤਾਤਿਸ਼ ਕਰਦੇ ਹੋ ਦੂਜੇ ਉਹਨਾਂ ਦਾ ਹੋਰ ਤਰੀਕਾ ਹੈ ਕਿ ਸ਼ਰੋਮਣੀ ਕਮੇਟੀ ਤੇ ਹੀ ਕਬਜ਼ਾ ਕਰ ਲੋ ਕਿ ਸਿੱਖ ਸੰਗਤ ਇਹ ਜਾਣਦੀ ਹੈ ਕਿ ਖਾਲਸਾ ਪੰਥ ਦੀ ਧਾਰਮਿਕ ਸੇਵਾ ਕਰਨ ਵਾਲੇ ਸ਼ਰੋਮਣੀ ਕਮੇਟੀ ਹੈ ਤੇ ਸਿਆਸੀ ਲੋੜਾਂ ਪੂਰਨ ਕਰਨ ਵਾਸਤੇ ਸ਼ਰੋਮਣੀ ਅਕਾਲੀ ਦਲ ਕੱਲ ਤੱਕ ਸਾਹਿਬ ਨੇ ਜਥੇਦਾਰ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਜੋ ਵੀ ਹੁਕਮ ਕਰਨਗੇ ਅਸੀਂ ਉਹਨਾਂ ਦੇ ਹੁਕਮ ਤੇ ਪੂਰਾ ਪਹਿਰਾ ਦੇਾਂਗੇ ਬੋਲੇ ਸੋਨਹਾਰ ਬਹੁਤ ਹੀ ਨਾਜ਼ਕ ਦੌਰ ਤੇ ਇਹ ਜਾਂ ਨਾਜ਼ਕ ਦੌਰ ਅੱਗੇ ਘਟ ਆਏਨ ਜਿੰਨਾ ਅੱਜ ਨਾਜ਼ਕਦਾਰ ਵਿੱਚ ਦੀ ਪੰਧ ਟਪ ਰਿਹਾ ਹੈ ਲੇਕਿਨ ਆਪਾਂ ਛੋਟੀਆਂ-ਛੋਟੀਆਂ ਗੱਲਾਂ 'ਚ ਲਾਲਚਾਂ 'ਚ ਕੁਰਸੀਆਂ ਤੇ ਜਿਹਨੂੰ ਟਿਕਟ ਨਹੀਂ ਦਿੰਦਾ ਭੱਜ ਕੇ ਦੂਜੇ ਪਾਸੇ ਚਲੇ ਜਾਂਦੇ ਇਹ ਬੇਅਸੂਲੀ ਗੱਲ ਇਹ ਹੁਣ ਜਿਹੜੀ ਆਈ ਹੈ ਇਹਨੂੰ ਖਤਮ ਕਰਨਾ ਪਊਗਾ ਮੇਰੀ ਕੋਈ ਵੀ ਸੇਵਾ ਅਮੇ ਮੇਰੀ ਸਿਹਤ ਕਮਜ਼ੋਰ ਹੈ ਉਮਰ ਦੇ ਲਿਹਾਜ਼ ਨਾਲ ਮੈਂ ਉਹਨਾ ਕੰਮ ਨਹੀਂ ਕਰ ਸਕਦਾ ਲੇਕਿਨ ਮੇਰਾ ਇੱਕ ਇੱਕ ਸਵਾਸ ਜਿਹੜਾ ਜ਼ਿੰਦਗੀ ਦਾ ਉਹ ਪੰਥ ਦੇ ਹੁਕਮ ਦੀ ੜੀ ਕਰਦਾ ਰਹਿੰਦਾ ਹੈ ਇਸ ਕਰਕੇ ਅਖੀਰ ਵਿੱਚ ਮੇਰੀ ਤੁਹਾਡੇ ਕੋਲ ਇਹ ਬੇਨਤੀ ਹੈ ਕਿ ਇਹਨਾਂ ਦੀਆਂ ਚਾਲਾਂ ਸਮਝੋ ਇਨਾਂ ਕੋਲੇ ਧਨ ਹੈ ਇਹ ਡਰਾਉਂਦੇ ਵੀ ਹਨ ਤੇ ਲਾਲਚ ਵੀ ਦਿੰਦੇ ਆ ਆਪਾਂ ਕਿਸੇ ਨੂੰ ਨਾ ਡਰਾਉਨੇ ਆ ਨਾ ਲਾਲਚ ਦਿੰਨੇ ਆ ਆ ਸਰਸੇ ਨੂੰ ਆਪਾਂ ਕੀ ਨਹੀਂ ਦਿੱਤਾ ਪ੍ਰਦਾਨਗੀ ਦਿੱਤੀ ਇੱਜ਼ਤ ਦਿੱਤੀ ਉਹ ਇਲੈਕਸ਼ਨ ਸਰਸੇ ਨੇ ਨਹੀਂ ਲੜੇ ਸੰਜੀ ਦੇ ਜੋ ਪ੍ਰਧਾਨ ਬਣਿਆ ਉਹ ਅਕਾਲੀ ਦਲ ਦੇ ਵਰਕਰ ਉਥੇ ਜੂਝੇ ਉਹ ਇਲੈਕਸ਼ਨ ਜਿੱਤਿਆ ਤੇ ਫੇਰ ਉਹ ਪੜਿਆ ਉਹਨੂੰ ਡਰਾ ਕੇ ਕਿ ਇੱਕ ਪਾਸੇ ਜੇਲ ਹੈ ਇੱਕ ਪਾਸੇ ਅਕਾਲੀ ਦਲ ਹੈ ਕਿਹਾ ਹੀ ਨਾ ਤਾਂ ਸੀ ਕਿ ਉਹਨੂੰ ਕਹਿੰਦਾ ਫੈਲ ਮੇਰੀ ਅਕਾਲੀ ਦਲ ਹੈ ਜੇਲ ਮਗਰੋਂ ਜੇ ਲੈ ਜਾਓ ਜੇਲ ਤੇ ਜਾਣ ਨਾਲ ਕੀ ਹੁੰਦਾ ਜੇਲਾਂ ਸਾਨੂੰ ਕੀ ਡਰਾ ਸਕਦੀ ਹੈ ਮੈਂ 15 ਸਾਲ ਜੇਲ੍ਹ ਕੱਟੀ ਹੈ ਮੈਨੂੰ ਤਾਂ ਕੁਝ ਨਹੀਂ ਹੋਇਆ ਅਖੀਰ ਵਿੱਚ ਮੇਰੀ ਤੁਹਾਡੇ ਕੋਲ ਇਹ ਬੇਨਤੀ ਹੈ ਕਿ ਇਹਨਾਂ ਦੀਆਂ ਚਾਲਾਂ ਸਮਝੋ ਹੁਣ ਵਾਰੀ ਆਉਂਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੁਬੀਰ ਬਾਦਲ ਨੇ ਦਾਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਪਹਿਰੇਦਾਰੀ ਕਰਦੀ ਹੈ ਇਕੱਠ ਦੇ ਵਿੱਚ ਬੋਲਦੇ ਹੋਏ ਸੁਬੀਰ ਨੇ ਕਿਹਾ ਕਿ ਸਿੱਖ ਸੰਗਤ ਵਿੱਚ ਬੇਅਦਬੀ ਲਈ ਬਹੁਤ ਰੋਸ ਹੈ ਭਾਵੇਂ ਆਬਾਦੀ ਦੇ ਹਿਸਾਬ ਨਾਲ ਸਿੱਖ ਧਰਮ ਸਭ ਤੋਂ ਛੋਟਾ ਤੇ ਨਵਾਂ ਧਰਮ ਹੈ ਪਰ ਸਭ ਤੋਂ ਮਿਹਨਤੀ ਹੈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸਿੱਖ ਧਰਮ ਦਾ ਪਹਿਰੇਦਾਰ ਰਿਹਾ ਹੈ ਬੇਅਦਬੀਆਂ ਕਟਾਵਾਂ ਪੰਥ ਨੂੰ ਕਮਜ਼ੋਰ ਕਰਨ ਲਈ ਹੋ ਰਹੀਆਂ ਨੇ ਇਹ ਬੇਅਦਬੀਆਂ ਸਿਆਸਤ ਤੋਂ ਪ੍ਰੇਰਿਤ ਨੇ ਤੇ ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਸ਼੍ਰੋਮਣੀ ਅਕਾਲੀ ਉਹਨਾਂ ਸੰਗਤ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਅਪੀਲ ਕੀਤੀ ਪੰਥ ਦੀ ਮਜ਼ਬੂਤੀ ਲਈ ਅਕਾਲੀ ਦਲ ਦੇ ਹੱਥ ਮਜ਼ਬੂਤ ਕਰਨ ਦਾ ਸੁਨੇਹਾ ਵੀ ਦਿੱਤਾ ਹੁਣ ਜਿਹੜੇ ਲੋਕ ਦੇਖੋ ਮੈਂ ਹਾਂ ਮੈਂ ਕਿਸਾਨ ਜੱਥੇਬੰਦੀਆਂ ਨਾਲ ਬਲਬੀ ਰਾਜੇਵਾਲ ਨੂੰ ਪੁੱਛਣਾ ਚਾਹਣਾ ਹੈ ਸ਼ਰੋਮਨੀ ਅਕਾਲੀ ਦਲ ਨੇ ਸਰਕਾਰ ਤੋਂ ਪਾਸੇ ਹੋ ਕੇ ਨਾਤਾ ਤੋੜਦਾ 40 ਸਾਲ ਮਿਨਿਸਟਰੀ ਹੋਏ ਪਰ ਸਾਡਾ ਤਾਂ ਘੇਰਾ ਪਾਉਂਦੇ ਰਹੇ ਪਰ ਹੁਣ ਭਾਜਪਾ ਦੇ ਜੁੜੀ ਜਾਂਦੇ ਆ ਕਿਥੇ ਬਿਆਨ ਆਇਆ ਇੱਕ ਜੇ ਤੁਸੀਂ ਨਹੀਂ ਇਕੱਠੇ ਹੋਵੋਗੇ ਜੇ ਤੁਸੀਂ ਇੱਕ ਝੰਡੇ ਥੱਲੇ ਨਹੀਂ ਇਕੱਠੇ ਹੋਵੋਗੇ ਜੇ ਤੁਸੀਂ ਨਹੀਂ ਪਛਾਣੋਗੇ ਕਿ ਆਪਣੇ ਕੌਣ ਹੈ ਤੇ ਪ੍ਰਾਏ ਕੌਣ ਹੈ ਫਿਰ ਨੁਕਸਾਨ ਕੌਮ ਦਾ ਵੀ ਹੋਊਗਾ ਤੇ ਆਪਣੇ ਸਾਰਿਆਂ ਦਾ ਹੋਊਗਾ ਦਾਦੂ왈 ਸਾਹਿਬ ਦੀ ਮੈਂ ਕੱਲ ਫੋਟੋ ਦੇਖੀ ਭਾਜਪੀ ਨਾਲ ਹੁਣ ਸਮਝੌਤਾ ਕਰਕੇ ਉੱਥੇ ਇਲੈਕਸ਼ਨ ਲੜ ਰਿਹਾ ਹੈ ਉਹ ਨਾਲ ਸੀ ਢੀਂਸਾ ਸਾਹਿਬ ਦੇ ਨਾਲ ਕੱਲ ਤੇ ਉੱਥੇ ਕਾਂਜਲਾ ਵੀ ਗਿਆ ਹੁਣ ਜਿਹੜੇ ਉਹ ਲੋਕ ਜਿਹੜੇ ਉਦੋਂ ਕਹਿੰਦੇ ਸੀ ਬੜੇ ਅਸੀਂ ਸਿੱਖੀ ਦੀ ਲੜਾਈ ਲੜ ਰਹੇ ਆ ਮੰਡ ਸਾਹਿਬ ਤੇ ਦਾਦੂਵਾਲ ਹੁਣ ਕਿੱਧਰ ਹੈ ਕਿਤੇ ਬੋਲੇ ਇੰਨੀ ਉਹਨਾਂ ਦਾ ਨਿਸ਼ਾਨਾ ਹੀ ਉਦੋਂ ਹੀ ਸੀ ਕਿ ਉਦੋਂ ਕਾਲੀ ਦਲ ਦੀ ਪੰਥੀ ਸਰਕਾਰ ਸੀ ਕਿ ਉਦੋਂ ਬਦਨਾਮ ਕਰਨਾ ਕਿਉਂਕਿ ਉਹਨਾਂ ਦੀ ਨਿਸ਼ਾਨਾ ਹੀ ਆਪਣੇ ਖਿਲਾਫ ਸੀ ਹੁਣ ਇੰਨੇ ਸਾਲ ਪੰਜ ਸਾਲਾਂ ਚ ਜੇ ਕਾਂਗਰਸ ਨੇ ਕੁਝ ਨਹੀਂ ਕੀਤਾ ਉਹਨਾਂ ਨੇ ਕੁਝ ਨਹੀਂ ਬੋਲੇ ਨਾ ਬੋਲਣਾ ਉਹਨਾਂ ਨੇ ਨਾ ਹੁਣ ਬੇਅਦਬੀ ਹੋਈ ਨਾ ਉਹਨਾਂ ਨੇ ਆਵਾਜ਼ ਨਹੀਂ ਉਠਾਈ ਤੇ ਆਪਣੇ ਆਪ ਨੂੰ ਵੱਡੇ ਦਿਖਾਉਂਦੇ ਆ ਕਿ ਅਸੀਂ ਪੰਥ ਦੇ ਆ ਇਸ ਕਰਕੇ ਅੱਜ ਸਾਰੀ ਪੰਥਕ ਸ਼ਖਸੀਅਤਾਂ ਮਹਾਪੁਰਖ ਸਾਰੇ ਇੱਥੇ ਬੈਠੇ ਆ ਸਿੰਘ ਸਾਹਿਬ ਜਸਦਰ ਕਾਲਤਖ ਸਾਹਿਬ ਦੀ ਬੈਠੇ ਆ ਉਹਨਾਂ ਦੀ ਗਵਾਈ ਹੇਠੇ ਕੌਮ ਇਕੱਠੀ ਹੈ ਸਾਰੀ ਸਾਡੀ ਸੁਪਰੀਮ ਅਥੋਰਿਟੀ ਹੈ ਤੇ ਜੇ ਅੱਜ ਨਹੀਂ ਜਾਗਾਂਗੇ ਫਿਰ ਮੈਂ ਤਾਂ ਪ੍ਰਮਾਤਮਾ ਦੇ ਚਰਨਾਂ 'ਚ ਦਾਸ ਬੇਨਤੀ ਕਰਦਾ ਹਾਂ कि ਆਪਣੀ ਕੌਮ ਨੂੰ ਹਿੰਮਤ ਦੇਣ ਅਸੀਂ ਤਾਂ ਲੜਨਾ ਹੀ ਲੜਨਾ ਹੈ ਭਾਵੇਂ ਸਿਰ ਵੱਡਿਆ ਜਾਏ ਇਸ ਤੇ ਇਹਨਾਂ ਨਾਲ ਲੜਾਈਆਂ ਲੜਾਂਗੇ ਐਨਾ ਹੀ ਕਹਿ ਕੇ ਮੈਂ ਖੀਰ ਚਾਹੀ ਕਹਿਣਾ ਚਾਹਣਾ ਹੈ ਇਕੱਠੇ ਹੋ ਜੋ ਅੱਜ ਲੋੜ ਹੈ ਤੁਹਾਡੀ ਆਪਣੀ ਸ਼ਕਤੀ ਦਿਖਾਓ ਵਾਹਿਗੁਰੂ ਜੀ ਕਾ ਖਾਲਸਾ ਵੈਗ ਰੁਜ ਕੀ ਫੋਟੇ ਸੋ ਕੁੱਲ ਮਿਲਾ ਕੇ ਇਸ ਪੰਥਕ ਇਕੱਠ ਦੇ ਵਿੱਚੋਂ ਇੱਕ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਖੁਰ ਚੁੱਕੇ ਵਜੂਦ ਨੂੰ ਮੁੜ ਤੋਂ ਇਕੱਠਾ ਕਰਨ ਦੀ ਹੈ ਮੁੜ ਤੋਂ ਉਸ ਨੂੰ ਸੁਰਜੀਤ ਕਰਨ ਦੀ ਰਹੀ ਹਰ ਕਿਸੇ ਦੀ ਤਕਰੀਰ ਚਾਹੇ ਉਹ ਜਥੇਦਾਰ ਸਾਹਿਬ ਦੀ ਤਕਰੀਰ ਹੋਵੇ ਜਾਂ ਫਿਰ ਅਕਾਲੀਆਂ ਦੇ ਵੱਡੇ ਲੀਡਰਾਂ ਦੀ ਤਕਰੀਰ ਉਸ ਦੇ ਵਿੱਚੋਂ ਅਕਾਲੀ ਦਲ ਦੇ ਹੱਥ ਮਜ਼ਬੂਤ ਕਰਨ ਦੇ ਸੁਨੇਹੇ ਹੀ ਸਿੱਧੇ ਜਾਂ ਅਸਿੱਧੇ ਤੌਰ ਤੇ ਦਿੱਤੇ ਗਏ ਇਸ ਮੌਕੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਖਾਸ ਤੌਰ ਤੇ ਪਹੁੰਚੇ ਉਹਨਾਂ ਨੇ ਡੀਐਸਜੀਐਮਸੀ ਦੇ ਸਾਬਕਾ ਪ੍ਰਧਾਨ ਤੇ ਭਾਜਪਾ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੂੰ ਖਾਸ ਤੌਰ ਤੇ ਲਪੇਟੇ ਦੇ ਵਿੱਚ ਲਿਆ ਪ੍ਰਧਾਨ ਨੇ ਵੀ ਕਿਹਾ ਕਿ ਤੁਸੀਂ ਆਪਣੀ ਵਾਰਡ ਨੂੰ ਤਕੜੀ ਕਰੋ ਤਾਂ ਹੀ ਸ਼੍ਰੋਮਣੀ ਕਮੇਟੀ ਤਕੜੀ ਹੋ ਯਾਨੀ ਕਿ ਤੁਹਾਡੀ ਵਾਰਡ ਹੈਗੀ ਹੈ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਹੈ ਜੇ ਸ਼੍ਰੋਮਣੀ ਕਮੇਟੀ ਤਕੜੀ ਹੋ ਤਾਂ ਅਕਾਲ ਤਖਤ ਸਾਹਿਬ ਦੀ ਛਾਤੀ ਨੂੰ ਕੋਈ ਹੱਥ ਨਹੀਂ ਪਾ ਸਕੂਗਾ ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੌਣ ਹੋਈ ਨੂੰ 5-6 ਮਹੀਨੇ ਹੋ ਗਏ ਤੇ 6 ਮਹੀਨਿਆਂ ਦੇ ਵਿੱਚ ਅੱਜ ਤੱਕ ਹਾਲੇ ਤੱਕ ਹਾਊਸ ਜਿਹੜਾ ਆ ਉਹ ਹਾਊਸ ਇਹ ਨਹੀਂ ਪੂਰਾ ਨਹੀਂ ਕੀਤਾ ਕੀਤਾ ਕੀ ਉਹ ਤੋਂ ਉਲਟ ਕਿ ਜਿਸਲੇ ਸਰਦਾਰ ਸਿਰ ਕਾਲਕਾ ਜੀ ਨੇ ਜੰਨਤ ਸਕੱਤਰ ਨੇ ਕਿਉਂਕਿ ਕੰਮ ਰੁਕਿਓ ਸੀ ਜਿਹਲੇ ਰੈਕੋਗਨੀਸ਼ਨ ਕਰਕੇ ਮੀਟਿੰਗ ਸੱਦੀ ਇਹ ਕਦਮ ਸਰਦਾਰ ਮਨਜਿੰਦਰ ਸਿੰਘ ਸਰਸਾ ਮੋਹਰੇ ਆਏ ਇੱਕ ਚਿੱਠੀ ਲੈ ਕੇ ਤੇ ਆ ਕੇ ਆਪਣਾ ਮੈਸਦੀਫਾ ਵਾਪਸ ਲੈਣਾ ਵੀਰੋ ਇਵੇਂ ਕਦੇ ਨਹੀਂ ਹੋਈ ਅਸਤੀਫਾ ਉਸ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਨੇ ਵਿਚਾਰਨਾ ਸੀ ਉਹਨੇ ਕੱਲ ਵਿਚਾਰਿਆ ਤੇ ਉਹਨੇ ਕਿਹਾ ਨਹੀਂ ਅਸਤੀਫਾ ਤੇਰਾ ਬਾਪਸ ਨਹੀਂ ਲਿਆ ਜਾ ਸਕਦਾ ਤਿੰਨ ਮੈਂਬਰ ਲੈ ਕੇ ਸਰਕਾਰ ਦੇ ਉਸ ਖਵਾੜੇ ਦਾ ਦਾਸਤਾ ਬਣਿਆ ਇਹ ਸਾਨੂੰ ਸਾਵਧਾਨ ਹੋਣ ਦੀ ਲੋੜ ਆ ਕਿ 6 ਮਹੀਨੇ ਹਾਊਸ ਬਣ ਚੁੱਕਾ ਉਹਦੀ ਨੋਟੀਫਿਕੇਸ਼ਨ ਹੋਮ ਮਿਨਿਸਟਰੀ ਨੇ ਕਰ ਰਹੀ ਜੇ ਆਪਾਂ ਐਵੇਂ ਹੀ ਸਾਰੀਆਂ ਗੱਲਾਂ ਸੈਣ ਕਰਦੇ ਰਹੇ ਆ ਵੱਡਾ ਹਮਲਾ ਜਿਹੜਾ ਉਹ ਕਿਹੜਾ ਸਿੱਖਾਂ ਦੀ ਮਹਾਨ ਸਾਡੀ ਸ਼ਕਤੀ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਕਿਰਪਾ ਤੇ ਬਖਸ਼ਿਸ਼ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਗੁਰੂ ਸਾਹਿਬ ਨੇ ਕੀਤੀ ਕੌਮੀ ਮਸਲੇ ਇੱਥੇ ਡਿਸਕਸ ਹੁੰਦੇ ਆ ਇਹਦੇ ਤੇ ਪਹਿਰਾ ਦੇਣਾ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇ ਉਹ ਤੋਂ ਬਾਅਦ ਸਾਡੀ ਬਾੜ ਸ਼੍ਰੋਮਣੀ ਕਮੇਟੀ ਦੀ ਸ਼੍ਰੋਮਣੀ ਅਕਾਲੀ ਦਲ ਵੀਰੋ ਜੇ ਅੱਜ ਅਕਾਲੀ ਦਲ ਆਪਾਂ ਤਖੜਾ ਸ਼੍ਰੋਮਣੀ ਕਮੇਟੀ ਤਖੜੀ ਅਕਾਲ ਤੱਕ ਸਾਬ ਦੀ ਤਾਕਤ ਤਕੜੀ ਤੇ ਜੇ ਆਪਾਂ ਕਮਜ਼ੋਰ ਹੋ ਗਏ ਵੱਡੀ ਤਾਕਤ ਜਿਹੜੀ ਸਿੱਖਾਂ ਦੀ ਜੇਸ ਜਥੇਬੰਦੀ ਲਈ ਸਾਡੇ ਬਜ਼ੁਰਗਾਂ ਨੇ ਲਹੂ ਤੇ ਮਿੰਜ ਦੇ ਨਾਲ ਇਸ ਫਲਵਾੜੀ ਨੂੰ ਸਿੰਜਿਆ ਸੀ ਸਾਨੂੰ ਕਦੇ ਮਾਫ ਨਹੀਂ ਕਰਨਗੇ ਗੁਰੂ ਸਾਹਿਬ ਸਾਰਿਆਂ ਹੱਕਾਂ ਹਕੂਕਾਂ ਦਾ ਸਭ ਤੋਂ ਉੱਤਮ ਆ ਇਸ ਮੁੱਚੀ ਦੁਨੀਆ ਦੀ ਸਮੁੱਚੀ ਮਨੁੱਖਤਾ ਦੀ ਅਗਵਾਈ ਕਰਦਾ ਜੇ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਨਾਲ ਕੀਤੀ ਕੋਸ਼ਿਸ਼ ਫਿਰ ਸਿੱਖ ਆਪਣੇ ਮਸਲੇ ਆਪ ਨਿਵੇੜਨਗੇ ਇਸ ਸਰਕਾਰ ਤੋਂ ਵੀ ਮੰਗ ਕਰਦਾ ਪੰਥ ਦੋਖੀ ਤਾਕਤਾਂ ਸ਼ੁਰੂ ਤੋਂ ਹੀ ਰਹਾਣੀ ਅਮਲ ਅਭਿਆਸ ਦੇ ਇਸ ਪਵਿੱਤਰ ਸੋਮੇ ਨੂੰ ਬੰਦ ਕਰਨੀਆਂ ਕੋਝੀਆਂ ਚਾਲਾਂ ਚੱਲਦੀ ਆ ਰਹੀ ਹੈ ਸਾਡੇ ਬਜ਼ੁਰਗਾਂ ਤੇ ਪੰਥਕ ਹਥੈਸ਼ੀਆਂ ਨੇ ਇਹਨਾਂ ਨੂੰ ਸਰਕਾਰੀ ਪੰਜੇ ਤੋਂ ਮੁਕਤ ਤੇ ਆਜ਼ਾਦ ਕਰਵਾਉਣ ਵਾਸਤੇ ਆਪਣੇ ਲਹੂ ਤੇ ਮਿੰਜ ਨਾਲ ਸਿੰਝਿਆ ਸੀ ਅੱਜ ਦਾ ਪੰਥਕ ਇਕੱਠ ਸਮੁੱਚੇ ਖਾਲਸਾ ਪੰਥ ਪੰਥਕ ਦਰ ਦੀ ਤੇ ਪੰਥਕ ਕਥ ਐਸਿਆਂ ਨੂੰ ਪੋਰ ਜੋਰ ਅਪੀਲ ਕਰਦਾ ਹੈ ਕਿ ਇਹਨਾਂ ਘਨੌਣੀਆਂ ਕਾਰਵਾਈਆਂ ਨੂੰ ਰੋਕਣ ਵਾਸਤੇ ਮਤ ਪਏ ਦੇ ਇੱਕ ਪਾਸੇ ਰੱਖ ਕੇ ਇਕੱਠੇ ਹੋਈਏ ਤਾਂ ਕਿ ਕੇਂਦਰ ਪੰਜਾਬ ਅਤੇ ਹੋਰ ਦਿੱਲੀ ਦੀਆਂ ਤਾਕਤਾਂ ਨੂੰ ਮੂੰਹ ਜੋੜਵਾ ਜਵਾਬ ਦਿੱਤਾ ਜਾ ਸਕੇ ਸੁਵਕਾਲੀਆਂ ਦੇ ਇਸ ਪੰਥਕ ਇਕੱਠ ਤੇ ਜਿਹੜੀਆਂ ਪੰਥਕ ਧਿਰਾਂ ਹੈਗੀਆਂ ਨੇ ਉਹਨਾਂ ਦੇ ਵੱਖੋ ਵੱਖਰੇ ਪ੍ਰतिकਰਮ ਸਾਹਮਣੇ ਆ ਰਹੇ ਨੇ ਪੰਥਕ ਕਾਲੀ ਲਹਿਰ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਪੰਥਕ ਇਕੱਠ ਦੇ ਵਿਰੋਧ ਵਿੱਚ ਪ੍ਰੈਸ ਕਾਨਫਰੰਸ ਕੀਤੀ ਲੁਧਿਆਣੇ ਦੇ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਪੰਥਕ ਕਾਲੀ ਲਹਿਰ ਦੇ ਨੌਜਵਾਨ ਲੀਡਰਾਂ ਲਖਵੰਤ ਸਿੰਘ ਦਬੁਰਜੀ ਵਿਸਾਖਾ ਸਿੰਘ ਤਰਮਿੰਦਰ ਸਿੰਘ ਤੇ ਹੋਰਾਂ ਨੇ ਕਿਹਾ ਬਾਦਲਾ ਨੂੰ ਪੁੱਛਿਆ ਕਿ ਪਹਿਲਾਂ ਤੁਸੀਂ ਆਪ ਬੇਅਦਬੀਆਂ ਕਰਨ ਵਾਲਿਆਂ ਨੂੰ ਬਚਾਉਂਦੇ ਰਹੇ ਹੋ ਸਰਸੇ ਵਾਲੇ ਨੂੰ ਤੁਸੀਂ ਬਚਾਇਆ ਅਕਾਲ ਤਖਤ ਸਾਹਿਬ ਤੋਂ ਮਾਫੀ ਉਹਨੂੰ ਦਿਵਾਈ ਤੇ ਹੁਣ ਤੁਸੀਂ ਪੰਥਕ ਇਕੱਠ ਦਾ ਟਕਵੰਜ ਰਚ ਰਹੇ ਹੋ ਇਹ ਪੰਥਕ ਇਕੱਠ ਨਹੀਂ ਹੈ ਅੰਮ੍ਰਿਤਸਰ ਦੇ ਵਿੱਚ ਹੋਏ ਇਸ ਪੰਥਕ ਇਕੱਠ ਤੇ ਖਾਲਿਸਤਾਨੀ ਲੀਡਰ ਅਤੇ ਕੇਪੀਐਸ ਗਿੱਲ ਦਾ ਬੁੱਚੜਾ ਪੰਜਾਬ ਕਿਤਾਬ ਦੇ ਲੇਖਕ ਸਰਬਜੀਤ ਸਿੰਘ ਕੁਮਾਰ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ ਕਹਿੰਦੇ ਪੰਥ ਵਾਲੇ ਭਾਜਪਾ ਤੋਂ ਸਿੱਖ ਮਸਲਿਆਂ ਦਾ ਹੱਲ ਭਾਲਦੇ ਫਿਰਦੇ ਨੇ ਤੇ ਬਾਦਲ ਦਲ ਅੰਮ੍ਰਿਤਸਰ ਦੇ ਵਿੱਚ ਲੇਲੜੀਆਂ ਲੈ ਲੈ ਰਿਹਾ ਹੈ ਕਿ ਅਸਲੀ ਪੰਥ ਅਸੀਂ ਆ ਕਹਿੰਦੇ ਜੇ ਅਸੀਂ ਪੰਥਕ ਨਹੀਂ ਤਾਂ ਫਿਰ ਅਸੀਂ ਬੇਅਦਬੀ ਖਿਲਾਫ ਸੰਘਰਸ਼ ਕਿਉਂ ਲੜਦੇ ਆ ਸਾਡੇ ਕੋਲ ਸ਼੍ਰੋਮਣੀ ਕਮੇਟੀ ਕਿਉਂ ਹੈ ਅਸੀਂ ਜੀ ਨੂੰ ਮਰਜ਼ੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾਈਏ ਜਦੋਂ ਜੀ ਕਰਦਾ ਲਾਈਏ ਕਹਿੰਦੇ ਵਿਚਾਰੇ ਪੂਰਾ ਜ਼ੋਰ ਲਾ ਕੇ ਸਾਬਤ ਕਰਨ ਲਈ ਸਬੂਤ ਦੇ ਰਹੇ ਨੇ ਪਰ ਕੋਈ ਮੰਨਦਾ ਹੀ ਨਹੀਂ ਕਿ ਇਹ ਲੋਕ ਪੰਥਕ ਨੇ ਲੋਕਾਂ ਦਾ ਕਹਿਣਾ ਹੈ ਕਿ ਪੰਥ ਨੂੰ ਅਸਲੀ ਖਤਰਾ ਹੀ ਤੁਹਾਡੇ ਤੋਂ ਹੈ ਲੋਕ ਕਹਿੰਦੇ ਨੇ ਕਿ ਸਾਨੂੰ ਭਾਜਪਾ ਤੋਂ ਤਾਂ ਕੋਈ ਆਸ ਹੈ ਕਿ ਵੋਟਾਂ ਬਦਲੇ ਪੰਥ ਤੇ ਪੰਜਾਬ ਦਾ ਕੋਈ ਭਲਾ ਕਰ ਦੇਵੇ ਪਰ ਬਾਦਲ ਦਲ ਕਦੇ ਭਲਾ ਨਹੀਂ ਕਰ ਸਕਦਾ ਕਿਉਂਕਿ ਇਹ ਦਿਨ ਲਿਆਉਣ ਦੇ ਲਈ ਬਾਦਲ ਪਰਿਵਾਰ ਹੀ ਜ਼ਿੰਮੇਦਾਰ ਹੈ ਜਿਸ ਨੇ ਭਾਜਪਾ ਦੇ ਪੰਜਾਬ ਦੇ ਵਿੱਚ ਪੈਰ ਲਵਾਏ। ਕੁਮਾਨ ਨੇ ਲਿਖਿਆ ਕਿ ਬਾਦਲ ਕਿਆਂ ਨੇ ਪੰਥ ਦਾ ਭਰੋਸਾ ਗਵਾ ਲਿਆ। ਇਹ ਬੇਭਰੋਸਗੀ ਕਦੇ ਖਤਮ ਹੋਵੇਗੀ? ਕਿਵੇਂ ਖਤਮ ਹੋਵੇਗੀ? ਇਹ ਚਿੰਤਾ ਕਰਨ ਦੀ ਥਾਂ ਬਾਦਲ ਕੇ ਚਤਰਾਈਆਂ ਕਰਦੇ ਫਿਰਦੇ ਨੇ। ਇਸ ਪੰਥਕ ਇਕੱਠ ਦੇ ਵਿੱਚ ਸ਼੍ਰੀ ਕਾਲਤਾਖਸਰ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਜਦੋਂ ਜਗਮੀਤ ਸਿੰਘ ਦੀ ਗ੍ਰਿਫਤਾਰੀ ਦੇ ਬਾਰੇ ਬਿਆਨ ਦਿੱਤਾ ਤਾਂ ਉਹਨਾਂ ਨੇ ਖਾਸ ਤੌਰ ਤੇ ਕਿਹਾ ਕਹਿੰਦੇ ਭਾਰਤ ਦੇ ਵਿੱਚ ਕੋਈ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਹੈ ਤਾਂ ਸਾਨੂੰ ਉਤੇ ਕੋਈ ਇਤਰਾਜ਼ ਨਹੀਂ ਹੈ ਪਰ ਜੇ ਕੋਈ ਸਿੱਖ ਰਾਜ ਦੀ ਮੰਗ ਕਰਦਾ ਹੈ ਤੇ ਉਸਤੇ ਦੇਸ਼ ਧਰੋਹ ਦਾ ਪਰਚਾ ਦਰਜ ਹੁੰਦਾ ਸਾਨੂੰ ਇਸ ਗੱਲ ਤੇ ਇਤਰਾਜ਼ ਹੈ ਇੱਕ ਪਾਸੇ ਕਹਿੰਦੇ ਇੱਕ ਫਿਰਕੇ ਵਿਸ਼ੇਸ਼ ਨੂੰ ਮਾਰਨ ਦੇ ਬਿਆਨ ਜਾਰੀ ਹੁੰਦੇ ਨੇ ਵੀਡੀਓ ਵਾਇਰਲ ਹੁੰਦੀ ਹੈ ਪਰ ਜੇ ਕੋਈ ਆਜ਼ਾਦ ਸਿੱਖ ਰਾਜ ਦੀ ਗੱਲ ਵੀ ਕਰਦਾ ਹੈ ਤਾਂ ਉਸ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਬਣਾ ਦਿੱਤਾ ਜਾਂਦਾ ਹੈ ਇਹ ਸਾਨੂੰ ਪਰਵਾਹ ਨਹੀਂ ਹੈ ਆ ਹਿੰਦੁਸਤਾਨ ਦੇ ਹੀ ਭਾਰਤ ਦੇ ਇੱਕ ਸ਼ਹਿਰ ਦੇ ਵਿੱਚ ਸ਼ਰਿਆ ਆਮ ਜਿਹੜਾ ਹੈ ਉਹ ਹਿੰਦੂ ਰਾਸ਼ਟਰ ਦੀ ਗੱਲ ਕੀਤੀ ਗਈ ਸਾਨੂੰ ਕੋਈ ਇਤਰਾਜ਼ ਨਹੀਂ ਜੇ ਹਿੰਦੋਸਤਾਨ ਦੇ ਅੰਦਰ ਕੋਈ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਜੇ ਕਿਸੇ ਨੇ ਸਿੱਖ ਰਾਸ਼ਟਰ ਦੀ ਗੱਲ ਕਰਤੀ ਉਹਦੇ ਤੇ ਦੇਸ਼ ਧਰੋਹ ਦਾ ਪਰਚਾ ਦੇ ਕੇ ਅੰਦਰ ਕਰ ਦਿੱਤਾ ਜਾਂਦਾ ਇਹ ਸਾਨੂੰ ਮੰਨਦੂਰ ਨਹੀਂ ਹੈ ਅਬ ਸਰਦਾਰ ਜਗਮੀਤ ਸਿੰਘ ਨੌਜਵਾਨ ਹੈ ਨਾ ਸਿੱਖ ਉਹਦੇ ਸਾਰੇ ਪਰਿਵਾਰ ਦੇ ਉੱਤੇ ਪਰਚਾ ਕਰ ਦਿੱਤਾ ਗਿਆ ਕਿ ਇਹਨੇ ਸਿੱਖ ਰਾਸ਼ਟਰ ਦੀ ਗੱਲ ਕੀਤੀ ਹੈ ਇਹ ਤਕਾ ਨਹੀਂ ਹੈ ਇਹ ਜ਼ੁਲਮ ਨਹੀਂ ਹੈ ਇੱਕ ਪਾਸੇ ਹਿੰਦੁਸਤਾਨ ਦੇ ਅੰਦਰ ਭਾਰਤ ਦੇ ਅੰਦਰ ਇੱਕ ਵਿਸ਼ੇਸ਼ ਫਿਰਕੇ ਨੂੰ ਮਾਰਨ ਦੀਆਂ ਹਦਾਇਤਾਂ ਜਾਰੀ ਹੁੰਦੀਆਂ ਨੇ ਉਹਦੇ ਵੀਡੀਓ ਜਾਰੀ ਹੁੰਦੇ ਨੇ ਕੋਈ ਕਾਰਵਾਈ ਨਹੀਂ ਹੈ ਇੱਕ ਫਿਰਕੇ ਨੂੰ ਖਤਮ ਕਰਨ ਦੇ ਲਈ ਐਲਾਨ ਕੀਤੇ ਜਾਂਦੇ ਨੇ ਕੋਈ ਕਾਰਵਾਈ ਨਹੀਂ ਹੈ ਤੇ ਜੇ ਕਿਸੇ ਨੇ ਮਾੜਾ ਮੋਟਾ ਕੋਈ ਖਾਲਸਾ ਰਾਜ ਦੀ ਗੱਲ ਕਰ ਲਈ ਤੇ ਉਹਦੇ ਤੇ ਦੇਸ਼ ਧਰੋਹ ਦਾ ਜਿਹੜਾ ਪਰਚਾ ਦਰਜ ਕਰਕੇ ਉਹਦੇ ਸਾਰੇ ਪਰਿਵਾਰ ਨੂੰ ਆਪ ਸਰਦਾਰ ਜਗਮੀਤ ਸਿੰਘ ਦੀ ਮਾਤਾ ਤੱਕ ਔਰ ਪਰਿਵਾਰ ਤੱਕ ਨੂੰ ਵੀ ਜਿਹੜਾ ਹੈ ਉਹ ਨਹੀਂ ਬਖਸ਼ਿਆ ਗਿਆ ਤੇ ਜਥੇਦਾਰ ਨੇ ਜਿਸ ਵਾਇਰਲ ਵੀਡੀਓ ਦਾ ਜ਼ਿਕਰ ਕੀਤਾ ਹੈ ਉਹ ਵਾਇਰਲ ਵੀਡੀਓ ਧਰਮ ਸੰਸਦ ਦੇ ਨਾਲ ਹੀ ਜੁੜੇ ਹੋਣ ਦਾ ਸੰਕੇਤ ਦਿੰਦੀ ਹੈ ਤੇ ਉਸ ਦੇ ਨਾਲ ਜੁੜੀ ਇੱਕ ਤਾਜ਼ਾ ਅਪਡੇਟ ਇਹ ਹੈ ਕਿ ਹਰਦੁਆਰ ਧਰਮ ਸੰਸਦ ਵਿੱਚ ਮੁਸਲਮ ਪਾਇਚਾਰੇ ਦੇ ਖਿਲਾਫ ਪੜਕਾਉ ਬਿਆਨਬਾਜ਼ੀ ਦੇ ਮਾਮਲੇ ਦੀ ਜਾਂਚ ਲਈ ਸਟ ਦਾ ਗਠਨ ਕਰ ਦਿੱਤਾ ਗਿਆ ਹੈ ਇਹਨਾਂ ਦੇ ਮੁਤਾਬਕ ਡੀਆਈਜੀ ਗੜਵਾਲ ਕਰਨ ਸਿੰਘ ਨਾਂਗਿਆਲ ਨੇ ਦੱਸਿਆ ਕਿ ਪੰਜ ਮੈਂਬਰੀ ਸੈੱਟ ਦੀ ਅਗਵਾਈ ਐਸਪੀ ਪੱਧਰ ਦੇ ਅਧਿਕਾਰੀ ਕਰਨਗੇ ਜਾਂਚ ਵਿੱਚ ਦੋਸ਼ੀ ਪਾਏ ਜਾਣ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਸ਼ਨੀਵਾਰ ਨੂੰ ਭੜਕਾਓ ਭਾਸ਼ਣ ਮਾਮਲੇ ਦੀ ਇੱਕ ਐਫਆਈਆਰ ਦੇ ਵਿੱਚ ਨਰਸਿੰਘਾ ਆਨੰਦਗਿਰੀ ਅਤੇ ਸਾਗਰ ਸਿੰਧੂ ਮਹਾਰਾਜ ਦੇ ਨਾਮ ਵੀ ਜੋੜੇ ਗਏ ਨੇ ਅਗਲੀ ਖਬਰ ਖੇਤੀਬਾੜੀ ਦੇ ਨਾਲ ਜੁੜੀ ਹੋਈ ਹੈ ਖੇਤੀਬਾੜੀ ਸੈਕਟਰ ਨੂੰ ਉਤਸ਼ਾਹਿਤ ਕਰਨ ਦੇ ਲਈ ਸਰਕਾਰ 2022-23 ਦੇ ਆਗਾਮੀ ਬਜਟ ਤੇ ਵਿੱਚ ਖੇਤੀ ਕਰਜ਼ੇ ਦਾ ਟੀਚਾ ਵਧਾ ਕੇ 18 ਲੱਖ ਕਰੋੜ ਰੁਪਏ ਕਰ ਸਕਦੀ ਹੈ ਆਮ ਬਜਟ ਆਉਂਦੀ 1 ਫਰਵਰੀ ਨੂੰ ਪੇਸ਼ ਕੀਤਾ ਜਾਏਗਾ ਚਾਲੂ ਵਿੱਤੀ ਸਾਲ ਲਈ ਖੇਤੀ ਕਰਜ਼ੇ ਦਾ ਟੀਚਾ 16.5 ਲੱਖ ਕਰੋੜ ਰੁਪਏ ਹੈ ਸਰਕਾਰ ਹਰ ਸਾਲ ਖੇਤੀ ਕਰਜ਼ੇ ਦਾ ਟੀਚਾ ਵਧਾ ਰਹੀ ਹੈ ਸੂਤਰਾਂ ਨੇ ਦੱਸਿਆ ਕਿ ਇਸ ਵਾਰ ਵੀ ਟੀਚਾ ਵਧ ਕੇ 18 ਤੋਂ 18.5 ਲੱਖ ਕਰੋੜ ਰੁਪਏ ਕੀਤਾ ਜਾ ਸਕਦਾ ਹੈ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਖਬਰ ਹੈ ਕਿ ਸੰਯੁਕਤ ਅਕਾਲੀ ਦਲ ਜਿਸ ਨੇ ਪਿਛਲੇ ਦਿਨੀ ਬੀਜੇਪੀ ਦੇ ਨਾਲ ਗੱਠ ਜੋੜ ਕੀਤਾ ਹੈ ਸੁਖਦੇਵ ਸਿੰਘ ਢੀਂਸਾ ਹੋਣਾਂ ਦੀ ਪਾਰਟੀ ਹੈ ਉਸ ਦੇ ਜਨਰਲ ਸਕੱਤਰ ਅਨਿਧੜਕ ਸਿੰਘ ਬਰਾੜ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਦਲ ਦੇ ਮੁਖਬੁਲਾਰੇ ਅਨਿਧੜਕ ਸਿੰਘ ਬਰਾੜ ਮੋਗਾ ਦੇ ਵਿੱਚ ਆਪਣੇ ਨਿਵਾਸ ਸਥਾਨ ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ਿਖਾਵਤ ਦੀ ਹਾਜ਼ਰੀ ਦੇ ਵਿੱਚ ਬੀਜੇਪੀ ਚ ਸ਼ਾਮਲ ਹੋ ਗਏ ਨੇ ਇਸੇ ਤਰ੍ਹਾਂ ਜੇ ਚੰਡੀਗੜ੍ਹ ਨਗਰ ਨਿਗਮ ਦੀ ਗੱਲ ਕਰ ਲਈਏ ਤਾਂ ਪਿਛਲੇ ਦਿਨੀ ਨਤੀਜੇ ਆਏ ਨੇ ਆਮ ਆਦਮੀ ਪਾਰਟੀ ਦੀ ਚੰਡੀ ਰਹੀ ਹੈ ਪਰ ਇੱਕ ਕਾਂਗਰਸੀ ਕੌਂਸਲਰ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਤੇ ਉਮੀਦ ਪ੍ਰਧਾਨ ਦਵਿੰਦਰ ਬਬਲਾ ਦੇ ਵਿਚਾਲੇ ਨਗਰ ਨਿਗਮ ਦੇ ਸਦਨ ਦੇ ਵਿੱਚ ਹੋਈ ਤਕਰੀਬ ਤੋਂ ਬਾਅਦ ਕਾਂਗਰਸ ਨੇ ਦਵਿੰਦਰ ਬਬਲਾ ਨੂੰ ਪਾਰਟੀ ਤੋਂ ਕੱਢ ਦਿੱਤਾ ਤੇ ਦਵਿੰਦਰ ਸਿੰਘ ਬਬਲਾ ਆਪਣੀ ਕੌਂਸਲਰ ਪਤਨੀ ਹਰਪ੍ਰੀਤ ਕੌਰ ਬਬਲਾ ਦੇ ਨਾਲ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਇਨ੍ਹਾਂ ਦਾ ਹਰਿਆਣਾ ਦੇ ਮੁੱਖ ਮੰਤਰੀ ਮਨੋਰ ਲਾਲ ਖੱਟਰ ਸੰਸਦ ਮੈਂਬਰ ਕਿਰਨ ਖੇਰ ਬੀਜੇਪੀ ਪ੍ਰਧਾਨ ਅਰुण सूद ਸਾਬਕਾ ਪ੍ਰਧਾਨ ਸੰਜੀਤ ਟੰਡਨ ਸਣੇ ਹੋਰਨਾਂ ਲੀਡਰਾਂ ਨੇ ਪਾਰਟੀ ਦੇ ਵਿੱਚ ਸਵਾਗਤ ਕੀਤਾ। ਇਸ ਮੌਕੇ ਭਾਜਪਾ ਨੇ ਦਾਅਵਾ ਕੀਤਾ ਖਾਸ ਕਰਕੇ ਖੱਟਰ ਨੇ ਦਾਅਵਾ ਕੀਤਾ ਕਿ ਬਬਲਾ ਤਾਂ ਹਲੇ ਸ਼ੁਰੂਆਤ ਹੈ ਹਲੇ ਹੋਰ ਵੀ ਕਈ ਕੌਂਸਲਰ ਭਾਜਪਾ ਦੀਆਂ ਨੀਤੀਆਂ ਨੂੰ ਵੇਖਦਿਆਂ ਸ਼ਾਮਿਲ ਹੋ ਸਕਦੇ ਨੇ ਸੋ 35 ਵਾਰਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਕੋਲੇ 14 ਸੀਟਾਂ ਨੇ ਭਾਜਪਾ ਦੇ ਕੋਲ 12 ਆਈਆਂ ਸੀ ਕਾਂਗਰਸ ਨੂੰ 8 ਮਿਲੀਆਂ ਸੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਸੀਟ ਜਿੱਤੀ ਤੇ ਹੁਣ ਭਾਜਪਾ ਦੇ ਕੋਲ 13 ਹੋ ਗਈਆਂ ਨੇ ਤੇ ਕਾਂਗਰਸ ਦੇ ਕੋਲ 7 ਰਹਿ ਗਈਆਂ ਨੇ ਸੋਨ ਦੇਖਣਾ ਹੋਵੇਗਾ ਕਿ ਆਉਣ ਦੇ ਦਿਨਾਂ ਦੇ ਵਿੱਚ ਜੇ ਬੀਜੇਪੀ ਹੋਰ ਕੌਂਸਲਰਾਂ ਨੂੰ ਆਪਣੇ ਵੱਲ ਖਿੱਚਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਮੇਅਰ ਦੀ ਕੁਰਸੀ ਤੇ ਕਬਜ਼ਾ ਵੀ ਬੀਜੇਪੀ ਦੇ ਕੌਂਸਲਰ ਦਾ ਹੀ ਹੋਏਗਾ ਸਰਕਾਰ ਦੇ ਵੱਲੋਂ 5000 ਤੋਂ ਵੱਧ ਜਿਹੜੀਆਂ ਲੋਕ ਭਲਾਈ ਸੰਸਥਾਵਾਂ ਨੇ ਉਹਨਾਂ ਦੇ ਵਿਦੇਸ਼ੀ ਫੰਡ ਤੇ ਰੋਕ ਲਾਉਣ ਤੋਂ ਬਾਅਦ ਆਕਸਫੈਮ ਜਿਹੜੀ ਇੱਕ ਐਨਜੀਓ ਹੈ ਉਸਨੇ ਆਪਣਾ ਬਿਆਨ ਜਾਰੀ ਕੀਤਾ ਹੈ ਆਕਸਫੈਮ ਨੇ ਆਪਣੇ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਲਾਇਸੈਂਸ ਨੂੰ ਰੀਨਿਊ ਨਾ ਕਰਨ ਨੂੰ ਲੈ ਕੇ ਦੱਸਿਆ ਹੈ ਆਕਸਫੈਮ ਨੇ ਕਿਹਾ ਹੈ ਕਿ ਸਰਕਾਰ ਦੇ ਇਸ ਕਦਮ ਦੇ ਨਾਲ ਇਸ ਕਾਰਵਾਈ ਦੇ ਨਾਲ ਐਨਜੀਓ ਦੇ ਕੰਮ ਤੇ ਅਸਰ ਪਏਗਾ ਭਾਰਤ ਵਿੱਚ ਸਾਡੇ 16 ਸੂਬਿਆਂ ਦੇ ਵਿੱਚ ਮਨੁੱਖੀ ਤੇ ਸਮਾਜਿਕ ਜਿਹੜੇ ਕੰਮ ਨੇ ਉਹ ਚੱਲ ਰਹੇ ਨੇ ਇਹਨਾਂ ਕੰਮਾਂ ਦੇ ਵਿੱਚ ਆਕਸੀਜਨ ਪਲਾਂਟ ਸਥਾਪਿਤ ਕਰਨਾ ਦਵਾਈਆਂ ਦੇਣਾ ਸਿਲੰਡਰ ਤੇ ਵੈਂਟਿਲੇਟਰਸ ਉਪਲਬਧ ਕਰਵਾਉਣਾ ਤੇ ਕੋਵਿਡ-19 ਮਹਾਮਾਰੀ ਤੇ ਤਰ੍ਹਾਂ ਦੇ ਗਰੀਬ ਤਬਕੇ ਤੱਕ ਭੋਜਨ ਪਹੁੰਚਾਉਣਾ ਸ਼ਾਮਲ ਨੇ ਪਰ ਹੁਣ ਜਦੋਂ ਗ੍ਰਹਿ ਮੰਤਰਾਲੇ ਨੇ ਸਾਡੇ ਦੇ ਵਿਦੇਸ਼ੀ ਫੰਡ ਲੈਂਡ ਤੋਂ ਰੋਕ ਲਾ ਦਿੱਤੀ ਹੈ ਤਾਂ ਫਿਰ ਜ਼ਾਹਿਰ ਤੌਰ ਤੇ ਸਾਡੇ ਕੰਮ ਪ੍ਰਭਾਵਿਤ ਹੋਣਗੇ ਉਹਨਾਂ ਨੇ ਕਿਹਾ ਕਿ ਆਕਸਫਾਮ ਇੰਡੀਆ ਲੋਕਾਂ ਦੇ ਹਿੱਤਾਂ ਦੇ ਲਈ ਸਰਕਾਰ ਭਾਈਚਾਰੇ ਤੇ ਫਰੰਟਲਾਈਨ ਵਰਕਰਾਂ ਦੇ ਨਾਲ ਦਹਾਕੀਆਂ ਤੋਂ ਕੰਮ ਕਰ ਰਹੀ ਹੈ ਕਰੋਨਾ ਵਾਇਰਸ ਦੇ ਵਿੱਚ ਵੀ ਉਹਨਾਂ ਨੇ ਬਹੁਤ ਕੰਮ ਕੀਤਾ ਹੈ ਦਰਅਸਲ ਇੱਕ ਦਿਨ ਪਹਿਲਾਂਆਂ ਮੀਡੀਆ ਰਿਪੋਰਟਾਂ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਆਕਸਫੈਮ ਇੰਡੀਆ, ਇੰਡੀਅਨ ਯੂਥ ਸੈਂਟਰਸ ٹرسٹ, ਜਾਮੀਆ ਮਿਲਿਆ ਇਸਲਾਮੀਆਂ ਅਤੇ ਟਿਊਬਰਕਲੋਸਿਸ ਐਸੋਸੀਏਸ਼ਨ ਆਫ ਇੰਡੀਆ ਸਮੇਤ ਕਰੀਬ 6000 ਐਨਜੀਓ ਦੇ ਐਫਸੀਆਰਏ ਲਾਇਸੈਂਸ ਨੂੰ ਰੀਨਿਊ ਕਰਨ ਤੋਂ ਮਨਾ ਕਰ ਦਿੱਤਾ ਹੈ। ਮੌਸਮ ਦੀ ਗੱਲ ਕਰ ਲਈਏ ਤਾਂ ਪੰਜਾਬ ਹਰਿਆਣਾ ਦੇ ਵਿੱਚ ਕੜਾਕੇ ਦੀ ਠੰਡ ਲਗਾਤਾਰ ਪੈ ਰਹੀ ਹੈ ਪੰਜਾਬ ਦੇ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਧੁੰਦ ਨੇ ਜ਼ੋਰ ਫੜਿਆ ਹੈ ਹਾਲਾਂਕਿ ਸਿਟੀ ਬਿਊਟੀਫੁਲ ਚੰਡੀਗੜ੍ਹ ਅਤੇ ਨਾਲ ਲੱਗਦੇ ਮੁਹਾਲੀ ਦੇ ਵਿੱਚ ਚੰਗੀ ਧੁੱਪ ਨਿਕਲ ਰਹੀ ਹੈ ਕਸ਼ਮੀਰ ਦੀ ਗੱਲ ਕਰ ਲਈਏ ਤਾਂ ਹਲਕੀ ਤੋਂ ਦਰਮਿਆਨੀ ਬਰਫਬਾਰੀ ਨੇ ਇਥੇ ਠੰਡ ਕਾਫੀ ਵਧਾ ਦਿੱਤੀ ਹੈ ਸ਼ਨੀਚਰਵਾਰ ਰਾਤ ਤੋਂ ਘੱਟ ਦੇ ਜ਼ਿਆਦਾਤਰ ਸਥਾਨਾਂ ਤੋਂ ਹਲਕੀ ਤੇ ਦਰਮਿਆਨੀ ਬਰਫਬਾਰੀ ਹੋਣ ਦੀ ਖਬਰ ਮਿਲੀ ਹੈ ਸ਼੍ਰੀਨਗਰ ਦੇ ਵਿੱਚ ਮੀਂਹ ਵੀ ਪਿਆ ਹੈ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਨ ਦੇ ਵਿੱਚ ਸਾਡੇ ਸਬ ਇਜਾਜ਼ਤ ਚਾਹੁੰਦੇ ਆ ਧੰਨਵਾਦ